ਮੇਰੀ 5 ਫੁੱਟ 8.5 ਇੰਚ ਹਾਈਟ ਆ, ਮੇਰੇ ਨਾਲ ਬਰਾਬਰ ਆ ਰਹੀ ਹੈ। ਆਹੀ ਨੂੰ ਫਿਰ ਇਹ ਖਾ ਲੈਣੇ ਬੇਟਾ ਇਹ? ਹਾਂਜੀ ਰੋਜ਼ ਖਾਣੇ ਆ। ਹਾਂਜੀ ਹਾਂ ਟੇਸਟੀ ਆ ਫਾਰਮੂਲਾ। ਠੀਕ ਆ, ਮਤਲਬ ਠੀਕ ਟੇਸਟ ਆ। ਹਾਂਜੀ 30 ਦਾਣੇ ਦਾ ਆਪਾਂ ਇਹਦੇ ਵਿੱਚ ਗਲਾਸ 'ਤੇ ਪਾ ਲੈਣੇ ਆ। ਇੰਨੇ ਕੁ ਦਾਣੇ ਅਸੀਂ ਕੱਚੀ ਮੂੰਗਫਲੀ ਦੇ ਇਹਦੇ ਵਿੱਚ ਇਹ ਵੀ ਪਾ ਲੈਣੇ ਅਸੀਂ, ਠੀਕ ਹੈ ਜੀ। ਛੋਲੇ ਕਹਿ ਦਿੰਦੇ ਹਾਂ, ਉਹ ਵੀ ਇੰਨੇ ਕੀ ਪਾਉਣੇ ਆ, ਇਹਨਾਂ ਨੂੰ ਪਾ ਲੈਣਾ। ਇਹਨਾਂ ਨੂੰ ਰਾਤ ਨੂੰ ਭਿਉਂ ਕੇ ਇੱਕ ਗਲਾਸ ਦੇ ਵਿੱਚ, ਇੱਕ ਗਲਾਸ ਪਾਣੀ ਦਾ ਲੈਣਾ ਪੂਰਾ, ਤੁਸੀਂ ਇਹਨੂੰ ਭਿਉਂ ਕੇ ਰੱਖ ਲੈਣਾ, ਤੁਹਾਡੀ ਹਾਈਟ ਵਧਣੀ ਸ਼ੁਰੂ ਹੋ ਜੂਗੀ। ਸਫੈਦੇ ਵਾਂਗੂ ਮੈਂ ਕਿਹਾ ਜੀ ਬਾਂਸ ਵਾਂਗੂ, ਸਫੈਦਾ ਤਾਂ ਨਹੀਂ ਮਾਰਿਆ, ਇਹ ਤਾਂ ਬਾਂਸ ਵਾਂਗੂ। ਮੈਂ ਕਹਿੰਦਾ ਜੀ ਜਿਹੜਾ 5 ਫੁੱਟ ਕੱਦ ਆ ਜਿਹਦਾ, ਮੰਨ ਲਓ ਉਹ ਜੇ 20 ਸਾਲ ਦਾ 25 ਸਾਲ ਦਾ ਬੱਚਾ, ਆਉਣੀ ਸ਼ੁਰੂ ਕਰ ਲਓ, ਦੱਸ ਦੂ ਫਿਰ ਤੁਹਾਨੂੰ ਕਿੰਨੀ ਕੁ ਵਾਰ ਦੀ ਰੋਕਣਾ ਪੈਣਾ ਜੀ। ਮੈਂ ਇਹ ਨਹੀਂ ਕਹਿੰਦਾ ਜੀ 1 ਇੰਚ ਹੀ ਵਧਾਊਗੀ, ਮੈਂ ਤਾਂ ਕਹਿੰਦਾ ਰੋਕਣਾ ਪੈਣਾ ਉਹਨੂੰ। ਜੇ ਕਿਸੇ ਦਾ ਕੱਦ ਨਾ ਵਾਧਾ ਹੋਵੇ ਇਹਨੂੰ ਪ੍ਰੈਸ ਕਰੋ ਇਸ ਤਰੀਕੇ, ਇਹਨੂੰ 5 ਮਿੰਟ ਇੱਦਾਂ ਕਰਕੇ ਕੱਦ ਵੱਧ ਜਾ, ਕੱਦ ਵਧਣਾ ਸ਼ੁਰੂ ਹੋ ਜਾਂਦਾ। ਇੱਕ ਐਕਸਰਸਾਈਜ਼ ਮੈਂ ਹੋਰ ਦੱਸਾਂਗਾ, ਪਹਿਲਾਂ ਤੁਸੀਂ ਮੱਥੇ 'ਤੇ ਹੱਥ ਮਾਰਦੇ ਹੁੰਦੇ ਸੀ, ਹੁਣ ਮੱਥੇ 'ਤੇ ਉਂਗਲੀ ਮਾਰੀਏ ਫਿਰ ਕੱਦ ਵਧਾਉਣ ਨੂੰ। ਹਾਂਜੀ ਹੁਣ ਸਾਡੇ ਕੋਲ ਸਮੇਂ ਦੀ ਘਾਟ ਆ, ਤੁਸੀਂ ਸਾਡੇ ਕੋਲ ਬਣੀ ਬਣਾਈ ਮੈਡੀਸਨ ਲੈ ਕੇ ਜਾ ਸਕਦੇ ਹੋ, ਲਿਆ ਕੇ ਬੱਚੇ ਨੂੰ ਡਰੋਪਸ ਦੇਣੇ ਆ ਪਾਣੀ 'ਚ ਪਾ ਕੇ। ਉਹ ਜਿੰਨੀ ਕੁ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਹੁੰਦਾ ਕਿੰਨੇ ਕਿੰਨੇ ਡਰੋਪਸ ਦੇਣੇ ਹੁੰਦੇ ਆ, ਅਸੀਂ ਉਸ ਹਿਸਾਬ ਨਾਲ ਅਸੀਂ ਡਰੋਪਸ ਦੇਣੇ ਹੁੰਦੇ ਆ, ਉਹ ਮੈਡੀਸਨ ਦੇਈਦੀ ਆ, ਉਹਨਾਂ ਦਾ ਕੱਦ ਵਧਣਾ ਸ਼ੁਰੂ ਹੋ ਜਾਂਦਾ। ਅੱਜ ਕੱਲ੍ਹ ਜਿਹੜੀ ਅੰਡਰ ਵੇਟ ਦੀ ਗੱਲ ਕਰ ਲਈਏ ਜਾਂ ਗਰੋਥ ਦੀ ਗੱਲ ਕਰ ਲਈਏ ਜਾਂ ਹਾਈਟ ਦੀ ਗੱਲ ਕਰ ਲਈਏ, ਮੁੰਡਿਆਂ ਦੇ ਮੁਕਾਬਲੇ ਕੁੜੀਆਂ 'ਚ ਜ਼ਿਆਦਾ ਦੇਖਣ ਨੂੰ ਆ ਰਹੀ ਹੈ, ਜ਼ਿਆਦਾ ਕੁੜੀਆਂ ਵਾਲੇ ਪਾਸੇ ਤੋਂ ਜਿਹੜੀਆਂ ਛੋਟੀਆਂ ਬੱਚੀਆਂ ਨੇ ਖਾਸ ਕਰਕੇ। ਜੇ ਜਦੋਂ ਪ੍ਰੋਪਰ ਡਾਇਟ ਨਹੀਂ ਮਿਲਦੀ ਪ੍ਰੈਗਨੈਂਸੀ 'ਚ, ਪ੍ਰੋਪਰ ਆਪਾਂ ਨੂੰ ਵਿਟਾਮਿਨਸ ਨਹੀਂ ਮਿਲਦੇ, ਉਹਦਾ ਇਫੈਕਟ ਬਹੁਤ ਪੈਂਦਾ ਬੱਚੇ 'ਤੇ। ਇੱਕ ਬੱਚੇ ਤੁਸੀਂ ਦੇਖੇ ਹੋਣਗੇ ਸਾਈਡ 'ਤੇ, ਉਹ ਤਾਂ ਫੈਲਦੇ ਜਾਣਗੇ ਉੱਪਰ ਨੂੰ ਨਹੀਂ ਵੱਧਦੇ, ਇਹ ਉਹਨਾਂ 'ਤੇ ਵੀ ਕੰਮ ਕਰੂਗਾ। ਪਤਾ ਕੀ ਹੁੰਦਾ ਫਰੂ ਕਿਸਮ ਤੀਰ ਵਾਂਗੂ ਸਿੱਧੇ ਕਰ ਦੇਣਗੇ। ਹਾਂਜੀ ਸਾਡੇ ਨਾ ਬ੍ਰੇਨ ਦੇ ਥੱਲੇ ਇੱਕ ਗਲਾਇੰਡ ਹੁੰਦਾ, ਗਲਾਇੰਡ ਜਦੋਂ ਕੰਮ ਘੱਟ ਕਰਨਾ ਸ਼ੁਰੂ ਕਰ ਦਿੰਦਾ ਬੱਚੇ ਦੀ ਗਰੋਥ ਰੁਕ ਜਾਂਦੀ ਆ। ਜਿਹੜਾ ਉਹਨੇ ਨੈਚੁਰਲ ਆਪਣਾ ਦੁੱਧ ਮਾਂ ਦਾ ਚੁੰਘਣਾ, ਹਾਂਜੀ ਉਹ ਦੁੱਧ ਆਰਾਮ ਨਾਲ ਆਉਣਾ, ਜਿਹੜਾ ਚੁੰਘਣੀ ਵਾਲਾ ਜ਼ੋਰ ਲੱਗਣਾ ਉਹ ਬ੍ਰੇਨ 'ਤੇ ਅਸਰ ਪਿਆ, ਬ੍ਰੇਨ 'ਤੇ ਅਸਰ ਪਿਆ ਤਾਂ ਬੱਚੇ ਨੂੰ ਗਰੋਥ ਘੱਟ ਗਈ। ਉਹਦੀ ਹਾਈਟ 'ਤੇ ਫਰਕ ਪੈ ਜ਼ਰੂਰ ਪਏਗਾ ਜੀ, ਜ਼ਰੂਰ ਪਏਗਾ। ਇਹ ਜ਼ਰੂਰੀ ਨਹੀਂ ਹੈਗਾ ਵੀ ਕੱਦ ਵਧਾਉਣ ਵਾਲੇ ਲਈ ਆ, ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਚੁੱਕੀਆਂ, ਜਿਹੜੇ ਬਜ਼ੁਰਗ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ, ਜਿਹੜੇ ਕਹਿੰਦੇ ਨੇ ਮੇਰੀ ਹੱਡੀ ਕਦੇ ਕਿਤੋਂ ਟੁੱਟ ਗਈ ਕਦੇ ਕਿਤੋਂ ਟੁੱਟ ਗਈ, ਜਾਂ ਹੱਡੀਆਂ 'ਚ ਕੜਕੜ ਦੀ ਆਵਾਜ਼ ਆ ਰਹੀ ਆ, ਉਹ ਵੀ ਯੂਜ਼ ਕਰ ਸਕਦੇ ਆ। ਜਿਨ੍ਹਾਂ ਨੂੰ ਵੀਕਨੈਸ ਆ ਉਹ ਵੀ ਯੂਜ਼ ਕਰ ਸਕਦੇ ਆ, ਜਿਨ੍ਹਾਂ ਨੂੰ ਵਿਟਾਮਿਨਸ ਦੀ ਘਾਟ ਆ ਉਹ ਵੀ ਯੂਜ਼ ਕਰ ਸਕਦੇ ਆ, ਇਹ ਸਾਰਿਆਂ 'ਤੇ ਨੁਸਖਾ ਅਜ਼ਮਾਇਆ ਹੋਇਆ ਕੰਮ ਕਰੂਗਾ। ਇਹ ਵਿੱਚ 2 ਐਕਸਰਸਾਈਜ਼ ਦੱਸੂੰਗਾ, ਸੌਖੀਆਂ ਐਕਸਰਸਾਈਜ਼ ਨੇ, ਘਰੇ ਕਰੋ ਨਾਲ ਸਾਡਾ ਨੁਸਖਾ ਅਜ਼ਮਾਓ, ਜੇ ਤਾਂ ਵੀ ਨੁਸਖੇ ਨਾਲ ਸਹੀ ਰਿਜ਼ਲਟ ਨਹੀਂ ਮਿਲਦਾ ਸਾਡੇ ਕੋਲ ਐਲੈਟਰੋਪੈਥੀ ਮੈਡੀਸਨ ਹੈਗੀ ਹੈ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਦੁਨੀਆ ਭਰ ਦੇ ਨਾਮਵਰ ਜਿਹੜੇ ਡਾਕਟਰ, ਡਾਕਟਰ ਅਮਨਪ੍ਰੀਤ ਸਿੰਘ ਅਤੇ ਡਾਕਟਰ ਪਰਮਜੀਤ ਕੌਰ, ਜੋ AP ਇਲੈਕਟਰ ਹੋਮੋ ਹੋਸਪਿਟਲ ਸਾਹਨੇਵਾਲ ਦੇ ਵਿੱਚ ਜਿਹੜਾ ਇਸ ਵੇਲੇ ਪ੍ਰੈਕਟਿਸ ਕਰ ਰਹੇ ਨੇ। ਬੜੇ ਨੁਸਖੇ ਉਹਨਾਂ ਦੇ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋ ਰਹੇ ਨੇ, ਔਰ ਪੂਰੀ ਦੁਨੀਆ ਦੇ ਵਿੱਚ ਕਾਫੀ ਲੋਕਾਂ ਨੂੰ ਜਿਹੜਾ ਉਹਨਾਂ ਨੁਸਖਿਆਂ ਦਾ
ਫਾਇਦਾ ਵੀ ਹੋ ਰਿਹਾ। ਪਿਛਲੀ ਵੀਡੀਓ ਅਸੀਂ ਪਾਈ ਸੀ ਗੁਲਹੜ ਦੇ ਜਿਹੜੇ ਦਰਖਤ ਬਾਬਤ, ਔਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਸੀ ਕਿ ਗੱਲਾਂ ਗੋਲ ਮੋਲ ਤੁਸੀਂ ਕਿਵੇਂ ਕਰ ਸਕਦੇ ਹੋ। ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਵਾਲ ਸਾਨੂੰ ਆਏ ਕਿ ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਇਲੈਕਟਰੋ ਹੋਮਿਓਪੈਥੀ ਦੇ ਵਿੱਚ ਹਰ ਚੀਜ਼ ਦਾ ਹੱਲ ਹੈ, ਕੀ ਜਿਨ੍ਹਾਂ ਦੀ ਹਾਈਟ ਛੋਟੀ ਰਹਿ ਗਈ ਉਹਨਾਂ ਦੀ ਹਾਈਟ ਵੱਧ ਸਕਦੀ ਹੈ? ਜਦੋਂ ਅਸੀਂ ਇਹ ਸਵਾਲ ਡਾਕਟਰ ਅਮਨਪ੍ਰੀਤ ਅਤੇ ਡਾਕਟਰ ਪਰਮਜੀਤ ਕੌਰ ਸਾਹਿਬਾਂ ਨਾਲ ਕੀਤੇ ਤਾਂ ਉਹਨਾਂ ਦਾ ਬੜਾ ਹੱਸ ਕੇ ਜਵਾਬ ਸੀ, ਅਤੇ ਇਹ ਤਾਂ ਕੋਈ ਗੱਲ ਹੀ ਨਹੀਂ, ਅਤੇ ਗੱਲ ਕਿਵੇਂ ਨਹੀਂ, ਅਤੇ ਕੀ ਹਾਈਟ ਸਾਡੀ ਵੱਧ ਸਕਦੀ ਹੈ? ਜਦੋਂ ਕਿ ਮੈਡੀਕਲ ਸਾਇੰਸ ਮੰਨਦੀ ਹੈ ਕਿ 19 ਸਾਲ ਤੱਕ ਜਿਹੜਾ ਹਾਈਟ ਹੈਗੀ ਹੈ, ਕੱਦ ਹੈਗੀ ਹੈ ਕਿਸੇ ਵੀ ਮੁੰਡੇ ਦਾ ਕੁੜੀ ਦਾ ਵੱਧ ਸਕਦਾ, ਅਤੇ ਉਸ ਤੋਂ ਬਾਅਦ ਹਾਈਟ ਵੱਧੇ ਨਹੀਂ, ਪਰ ਇਹਨਾਂ ਦਾ ਦਾਅਵਾ ਹੈ ਕਿ 19 ਸਾਲ ਤੋਂ ਵੱਧ ਵੀ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਹੋ ਗਏ ਨੇ ਉਹਨਾਂ ਦੀ ਹਾਈਟ ਵੱਧ ਸਕਦੀ ਹੈ। ਕਿਵੇਂ ਵੱਧ ਸਕਦੀ ਹੈ, ਕਿਸ ਤਰੀਕੇ ਨਾਲ ਵੱਧ ਸਕਦੀ ਹੈ, ਕੀ ਖਾਣਾ ਪੈਣਾ, ਔਰ ਕੀ ਪਰਹੇਜ਼ ਰੱਖਣੇ ਪੈਣਗੇ, ਇਸ ਬਾਬਤ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਅਮਨਪ੍ਰੀਤ ਹੋਣਾ ਜੀ ਨਾਲ। ਪਹਿਲਾਂ ਸ਼ੁਰੂਆਤ ਕਰ ਲੈਂਦੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ 'ਤੇ ਇੱਕ ਵਾਰ ਫਿਰ ਜੀ। ਹਾਂਜੀ ਫਰੂਕੀ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਜੋ ਤੁਸੀਂ ਅੱਜ ਇੱਕ ਵਾਰ ਫਿਰ ਸਾਡੇ ਕੋਲ ਆਏ ਹੋ। ਅੱਛਾ ਡਾਕਟਰ ਸਾਹਿਬ, ਜਦੋਂ ਮੈਂ ਤੁਹਾਨੂੰ ਪੁੱਛਿਆ ਕਿ 19 ਸਾਲ ਤੋਂ ਬਾਅਦ ਕੱਦ ਕੀ ਵੱਧ ਸਕਦੇ ਨੇ, ਤੁਹਾਡੇ ਮੂੰਹ 'ਤੇ ਹਾਸਾ ਸੀ। ਉਹ ਹਾਸਾ ਕਿਸ ਗੱਲ ਦਾ? ਮੈਨੂੰ ਹਾਸੇ ਨੇ ਵੀਡੀਓ ਬਣਾਉਣ ਲਈ ਮਜਬੂਰ ਕਰ ਦਿੱਤਾ। ਫਰੂਕੀ ਸਾਹਿਬ, ਫੋਨ ਕਾਲਸ ਮੈਨੂੰ ਵੀ ਬਹੁਤ ਆਉਂਦੀਆਂ ਨੇ, ਬਹੁਤ ਲੋਕ ਕੱਦ ਤੋਂ ਪਰੇਸ਼ਾਨ ਨੇ। ਉਹ ਕਹਿੰਦੇ ਜਿੱਦਾਂ ਸਾਡੇ ਮਾਂ ਬਾਪ ਦਾ, ਹੁਣ ਤੁਸੀਂ ਦੇਖਿਆ ਹੋਣਾ ਕਈਆਂ ਦੇ ਮਾਂ ਬਾਪ ਦਾ ਕੱਦ ਛੋਟਾ ਹੁੰਦਾ, ਉਹ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਹੀ ਉਹ ਚੀਜ਼ ਦੀ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ ਵੀ ਕਿਤੇ ਅਸੀਂ ਵੀ ਆਪਣੇ ਮਾਂ ਬਾਪ ਵਾਂਗੂ ਕਿਤੇ ਛੋਟੇ ਤਾਂ ਨਹੀਂ ਰਹਿ ਜਾਂਗੇ। ਨਹੀਂ, ਬੱਚੇ ਤਾਂ ਛੱਡੋ ਜੀ, ਇੱਥੇ ਤਾਂ ਨਾਲ ਦੀਆਂ ਦਾਦੀਆਂ ਕਹਿਣ ਲੱਗ ਜਾਂਦੇ ਨੇ, ਭੂਆ ਕਹਿਣ ਲੱਗ ਜਾਂਦੇ, ਨਹੀਂ ਇਹ ਤਾਂ ਮਾਂ 'ਤੇ ਹੈ, ਨਹੀਂ ਇਹ ਤਾਂ ਪਿਓ 'ਤੇ, ਇਹਦੀ ਮਾਂ ਦਾ ਕੱਦ ਵੱਧ ਰਿਹਾ, ਇਹਦਾ ਵੀ ਨਹੀਂ ਕੱਦ ਵੱਧਦਾ, ਇਹੀ ਗੱਲਾਂ ਸਾਡੇ ਘਰਾਂ 'ਚ ਹੁੰਦੀਆਂ ਨੇ। ਹਾਂਜੀ, ਉਹੀ ਮੈਂ ਦੱਸ ਰਿਹਾ ਨਾ, ਉੱਥੋਂ ਹੀ ਜਦੋਂ ਸਾਡੇ ਘਰਾਂ 'ਚ ਇਹ ਗੱਲਾਂ ਹੋਣ ਲੱਗ ਗਈਆਂ, ਆਂਢ ਗੁਆਂਢ 'ਚ ਇਹ ਗੱਲਾਂ ਹੋਣ ਲੱਗੀਆਂ, ਬੱਚੇ 'ਤੇ ਪ੍ਰਭਾਵ ਪੈਣਾ ਹੀ ਪੈਣਾ। ਫਰੂਕੀ ਸਾਹਿਬ, ਜਦੋਂ ਅਸੀਂ ਉਹਨੂੰ ਇਹ ਗੱਲਾਂ ਵਾਰ ਵਾਰ ਉਹਦੇ ਦਿਮਾਗ 'ਚ ਬਿਠਾਈ ਗਏ, ਸਾਡੇ ਬ੍ਰੇਨ ਤੋਂ ਹੀ ਸਾਰੀਆਂ ਚੀਜ਼ਾਂ ਸਟਾਰਟ ਹੋਣੀਆਂ। ਮੈਂ ਹਰ ਵੀਡੀਓ 'ਚ ਕਹਿੰਦਾ, ਹਰੇਕ ਬਿਮਾਰੀ 'ਤੇ ਕਹਿੰਦਾ ਮੈਂ, ਉਹ ਜਦੋਂ ਬ੍ਰੇਨ ਹੀ ਸਾਡਾ ਅਬਸੈਂਟ ਕਰਤਾ ਬੱਚੇ ਦਾ, ਉਹ ਬੱਚੇ ਨੇ ਜੇ ਗਰੋਥ ਕਰਨੀ ਆ, ਜੇ ਉਹਨੇ ਖਾਧਾ ਪੀਤਾ ਲੱਗਣਾ ਤਾਂ ਵੀ ਲੱਗਣਾ ਬੰਦ ਹੋ ਜਾਂਦਾ, ਜਿਹੜੀਆਂ ਹੱਡੀਆਂ ਦੀ ਗਰੋਥ ਆ ਉਹ ਵਧਣੀ ਰੁਕ ਜਾਂਦੀ ਆ। ਦੇਖੋ, ਅਸੀਂ ਬੱਚੇ ਨੂੰ ਕਦੇ ਵੀ ਕਿਸੇ ਚੀਜ਼ 'ਤੇ ਜ਼ਿਆਦਾ ਉਹਨੂੰ ਅਸ ਜ਼ੋਰ ਨਾ ਦਈਏ ਉਹ ਚੀਜ਼ 'ਤੇ। ਜਦੋਂ ਅਸੀਂ ਕਿਸੇ ਚੀਜ਼ 'ਤੇ ਜ਼ਿਆਦਾ ਜ਼ੋਰ ਦਿੰਦੇ ਹਾਂ, ਉਹ ਬੱਚੇ ਦਾ ਮਾਇੰਡ ਹੀ ਉੱਥੇ ਸੈੱਟ ਹੋ ਜਾਂਦਾ, ਉਹ ਹਰ ਵੇਲੇ ਉਹ ਚੀਜ਼ ਨੂੰ ਸੋਚਣਾ ਸ਼ੁਰੂ ਕਰ ਦਿੰਦਾ। ਜਦੋਂ ਸੋਚਣਾ ਸ਼ੁਰੂ ਕਰੂਗਾ, ਆਟੋਮੈਟਿਕਲੀ ਬੱਚੇ ਦਾ ਵਿਕਾਸ ਰੁਕ ਜਾਣਾ। ਮਤਲਬ ਇਹੀ ਕਾਰਨ ਹੈ ਕਿ ਜਿਹਨੂੰ ਅਸੀਂ ਲੰਬੂ ਲੰਬੂ ਕਹਿਣਾ ਸ਼ੁਰੂ ਕਰ ਦਿੰਦੇ ਹਾਂ, ਉਹਦਾ ਕੱਦ ਸੱਚੀ ਵੱਧ ਜਾਂਦਾ। ਉਹ ਦੇਖੋ, ਹਾਂ ਦੇਖੋ, ਆਪਾਂ ਕਹਿ ਕੇ ਦੇਖ ਲਓ, ਆਪਾਂ ਕਈ ਵਾਰ ਕਹਿ ਦਿੰਦੇ ਹਾਂ, ਹੁਣ ਬੱਚਾ ਤੁਸੀਂ ਜ਼ਿਆਦਾ ਦੂਰ ਨਾ ਜਾਓ, ਮੇਰੀ ਬੇਟੀ ਆ, ਮੇਰੀ ਬੇਟੀ ਦਾ ਕੱਦ ਜਦੋਂ ਇਹ ਛੋਟੀ ਸੀਗੀ, ਸਾਰੇ ਇਹਨੂੰ ਕਹਿੰਦੇ ਸੀ ਪਤਲੀ ਜਿਹੀ ਹੁੰਦੀ ਸੀਗੀ, ਕਹਿੰਦੇ ਸੀ ਨਾ ਇਹਦਾ ਕੱਦ ਹੋਣਾ, ਇਹ ਤਾਂ ਵੈਸੇ ਹੀ ਮਰੀ ਜੀ ਆ, ਉਹ ਤੁਹਾਡੇ ਸਾਹਮਣੇ ਆ, ਮੇਰੇ ਤੋਂ ਵੀ ਉੱਤੇ ਜਾਣ ਨੂੰ ਤਿਆਰ ਆ ਜੀ, ਉਹ ਹਜੇ 14 ਸਾਲ ਦੀ ਆ ਉਹ। ਦੇਖੋ, ਜਦੋਂ ਅਸੀਂ ਬੱਚੇ ਨੂੰ, ਮੈਂ ਔਰ ਕਿਹੜਾ ਨੁਸਖਾ ਵਰਤਿਆ ਸੀ ਤੁਸੀਂ? ਨੁਸਖਾ ਤੁਹਾਡੇ ਸਾਹਮਣੇ ਪਿਆ, ਅੱਜ ਦਿਖਾਵਾਂਗੇ ਆਹ ਨੁਸਖਾ, ਆਹੀ ਨੁਸਖਾ ਦਿੱਤਾ ਉਹਨੂੰ, ਉਹ ਰੁਕਣ ਦਾ ਨਾਂ ਨਹੀਂ ਲੈਂਦੀ। ਮੈਨੂੰ ਤਾਂ ਡਰ ਆ ਕਿਤੇ ਵੈਸੇ ਹੀ ਨਾ ਲੰਬੀ ਹੋ ਜਾਵੇ ਇੰਨੀ, ਉਹ ਰੁਕਦੀ ਹੀ ਨਹੀਂ, ਉਹ ਮੈਂ ਬੇਟੀ ਵੀ ਦਿਖਾਊਂਗਾ ਕੋਈ, ਮੇਰੇ ਵੀ ਮੋਢੇ ਤੋਂ ਪਾਰ ਬੋਲਦੀ ਹੈ ਜੀ। ਹਾਂਜੀ, ਦੇਖੋ, ਜਦੋਂ ਅਸੀਂ ਬੱਚੇ ਦਾ ਮਨ ਮਾਇੰਡ ਆ ਜਿਹੜਾ ਇੱਕ ਜਗ੍ਹਾ 'ਤੇ ਸੈੱਟ ਕਰਤਾ ਨਾ, ਉੱਥੇ ਸੈੱਟ ਹੋ ਜਾਣਾ। ਇੱਕ ਫਰੂਕੀ ਸਾਹਿਬ, ਇੱਥੇ ਬਹੁਤ ਵੱਡੀ ਘਾਟ ਸਾਡੇ ਵਿੱਚ ਹੋਰ ਵੀ ਆ, ਬੱਚਿਆਂ ਦਾ ਖਾਣ ਪੀਣ ਬਹੁਤ ਗਲਤ ਹੋ ਗਿਆ, ਬੱਚੇ ਇੱਕ ਸਾਡੇ ਖੇਡਣਾ ਬੰਦ ਕਰਤਾ, ਜਿਹੜੀ ਸਾਡੀ ਮਿੱਟੀ ਸੀਗੀ। ਦੇਖੋ, ਤੁਸੀਂ ਵੀ ਬਚਪਨ ਲੰਘਾਇਆ, ਅਸੀਂ ਵੀ ਬਚਪਨ ਲੰਘਾਇਆ, ਜਿਨ੍ਹਾਂ ਦੇ ਬੱਚੇ ਨੇ ਉਹਨਾਂ ਨੇ ਬਚਪਨ ਲੰਘਾਇਆ। ਬਚਪਨ ਦੇ ਵਿੱਚ ਜਿਹੜਾ ਬੱਚਾ
ਮਿੱਟੀ ਦੇ ਵਿੱਚ ਖੇਡਿਆ, ਮਿੱਟੀ ਦੇ ਵਿੱਚ ਬਾਹਰ ਜਾ ਕੇ ਖੇਡਣਾ ਕੁੱਦਣਾ, ਜਿਹੜੇ ਅਸੀਂ ਹੈ ਨਾ ਨੈਚੁਰਲ ਮਿੱਟੀ 'ਚ ਮਿੱਟੀ ਹੋਇਆ, ਉਹ ਬੱਚੇ ਦੀ ਗਰੋਥ ਵੀ ਵਧੀਆ, ਉਹ ਬੱਚੇ ਦੀ ਸਿਹਤ ਵੀ ਵਧੀਆ ਬਣੀ ਆ, ਉਹ ਬੱਚੇ ਦਾ ਬ੍ਰੇਨ ਆ ਜਿਹੜਾ ਉਹ ਵੀ ਵਧੀਆ ਰਿਹਾ, ਉਹ ਪੜ੍ਹਾਈ 'ਚ ਵੀ ਵਧੀਆ ਰਿਹਾ। ਕਾਰਨ ਕੀ ਹੁੰਦਾ ਜੀ ਇਸ ਤਰ੍ਹਾਂ ਦਾ, ਮਿੱਟੀ 'ਚ ਕੀ ਆ ਡਾਕਟਰ ਸਾਹਿਬ ਤੁਹਾਡੇ ਮੁਤਾਬਕ? ਮਿੱਟੀ 'ਚ ਤਾਂ ਫਰੂਕੀ ਸਾਹਿਬ ਬੜੇ ਤੱਤ ਆ, ਮਿੱਟੀ ਦਾ ਅਸੀਂ ਇੱਕ ਉਹਨੂੰ ਮਿੱਟੀ ਹੀ ਸਮਝ ਲਿਆ, ਉਹ ਧਰਤੀ ਮਾਂ ਦਾ ਐਵੇਂ ਨਹੀਂ ਉਹਨੂੰ ਕਿਸੇ ਨੇ ਖਿਤਾਬ ਦਿੱਤਾ, ਧਰਤੀ ਮਾਂ ਤਾਂ ਇਸੇ ਲਈ ਕਿਹਾ ਉਹਦੇ ਵਿੱਚ ਹੀ ਸਾਰਾ ਕੁਛ ਆ, ਜਦੋਂ ਸਾਡੀ ਫਸਲ ਨੂੰ ਉਗਾ ਸਕਦੀ ਆ ਉਹ, ਜਦੋਂ ਏਡੇ ਏਡੇ ਜਿਹੜੀਆਂ ਅਸੀਂ ਜਿਨ੍ਹਾਂ ਦਾ ਅਸੀਂ ਇਲਾਜ ਕਰ ਰਹੇ ਹਾਂ, ਪੌਦੇ ਜੜੀਆਂ ਬੂਟੀਆਂ ਜਿਹੜੀਆਂ ਨੇ ਉਹ ਵੀ ਮਿੱਟੀ 'ਚ ਉੱਗਦੀਆਂ ਨੇ, ਮਿੱਟੀ ਵਿੱਚ ਤਾਂ ਜਾਣ ਹੀ ਬਹੁਤ ਆ ਜੀ, ਜੇ ਮਿੱਟੀ ਨੂੰ ਅਸੀਂ ਸਹੀ ਤਰੀਕੇ ਨਾਲ ਸਮਝੀਏ ਅਤੇ ਸਹੀ ਤਰੀਕੇ ਨਾਲ ਇਹਦਾ ਇਸਤੇਮਾਲ ਕਰੀਏ, ਇਹਦੇ 'ਚ ਵੀ ਬਹੁਤ ਗੁਣ ਨੇ ਜੀ। ਅਸੀਂ ਤੁਹਾਡੇ ਕੋਲੋਂ ਡਾਕਟਰ ਸਾਹਿਬ ਫਾਰਮੂਲਾ ਲਵਾਂਗੇ ਅਤੇ ਇੱਕ ਵਾਰ ਅਸੀਂ ਹੁਣ ਡਾਕਟਰ ਪਰਮਜੀਤ ਕੌਰ ਜੀ ਨਾਲ ਜੁੜਦੇ ਹਾਂ। ਡਾਕਟਰ ਸਾਹਿਬ, ਅੱਜ ਕੱਲ੍ਹ ਜਿਹੜੀ ਅੰਡਰ ਵੇਟ ਦੀ ਗੱਲ ਕਰ ਲਈਏ ਜਾਂ ਗਰੋਥ ਦੀ ਗੱਲ ਕਰ ਲਈਏ ਜਾਂ ਹਾਈਟ ਦੀ ਗੱਲ ਕਰ ਲਈਏ, ਮੁੰਡਿਆਂ ਦੇ ਮੁਕਾਬਲੇ ਕੁੜੀਆਂ 'ਚ ਜ਼ਿਆਦਾ ਦੇਖਣ ਨੂੰ ਆ ਰਹੀ ਹੈ, ਜ਼ਿਆਦਾ ਕੁੜੀਆਂ ਵਾਲੇ ਪਾਸੇ ਤੋਂ, ਜਿਹੜੀਆਂ ਛੋਟੀਆਂ ਬੱਚੀਆਂ ਨੇ ਖਾਸ ਕਰਕੇ ਉਹਨਾਂ ਤੋਂ, ਕਿਉਂਕਿ ਮੈਂ ਇੱਕ ਵਾਰ ਤੁਹਾਡੇ ਕੋਲ ਪੇਸ਼ੈਂਟ ਵੀ ਭੇਜਿਆ ਸੀ, ਤੁਸੀਂ ਦੇਖਿਆ ਵੀ ਸੀ ਕਿ ਬੱਚੀ 4 ਸਾਲ ਦੀ 5 ਸਾਲ ਦੀ ਸੀ, ਉਹ 4.5 ਸਾਲ ਦੀ, ਲੇਕਿਨ ਲੱਗ ਰਹੀ ਸੀ ਕਿ ਮੈਂ 2.5 ਸਾਲ ਦੀ ਹੋਵੇ। ਉਹਦੇ 'ਚ ਕੀ ਹੁੰਦਾ ਵੀ ਜੇ ਜਦੋਂ ਪ੍ਰੋਪਰ ਡਾਈਟ ਨਹੀਂ ਮਿਲਦੀ ਪ੍ਰੈਗਨੈਂਸੀ 'ਚ, ਪ੍ਰੋਪਰ ਆਪਾਂ ਨੂੰ ਵਿਟਾਮਿਨਸ ਨਹੀਂ ਮਿਲਦੇ, ਉਹਦਾ ਇਫੈਕਟ ਬਹੁਤ ਪੈਂਦਾ ਬੱਚੇ 'ਤੇ। ਕਈ ਵਾਰੀ ਪ੍ਰੋਪਰ ਡਾਈਟ ਵੀ ਹੁੰਦੀ ਆ, ਬੱਚੇ ਦਾ ਵੇਟ ਵੀ ਸਹੀ ਹੁੰਦਾ ਜਦੋਂ ਉਹਦੀ ਡਿਲੀਵਰੀ ਹੁੰਦੀ ਆ, ਪਰ ਜਦੋਂ ਉਹ ਬਾਅਦ 'ਚੋਂ ਹੋ ਜਾਂਦਾ ਬੱਚਾ, ਉਸ ਤੋਂ ਬਾਅਦ ਉਹਨੂੰ ਪ੍ਰੋਪਰ ਡਾਈਟ ਨਹੀਂ ਮਿਲਦੀ। ਡਾਕਟਰ ਸਾਹਿਬ, ਇਹ ਕੀ ਗੱਲ ਹੁੰਦੀ ਹੈ ਜੀ, ਜਦੋਂ ਅਸੀਂ ਕਹਿ ਲਈਏ ਕਿ ਗਰਭ ਦੇ ਵਿੱਚ ਹੈ ਬੱਚੀ ਜਾਂ ਬੱਚਾ, ਤਾਂ ਉਹਦਾ ਵੇਟ ਪ੍ਰੋਪਰ ਹੈ ਜਿੰਨਾ ਹੋਣਾ ਚਾਹੀਦਾ, ਜਿਵੇਂ ਹੀ ਉਹ ਬਾਹਰੀ ਦੁਨੀਆਂ ਦੇ ਵਿੱਚ ਆਇਆ, ਜਨਮ ਹੋਇਆ ਉਹਦਾ, ਤਾਂ ਮਹੀਨੇ ਸਵਾ ਮਹੀਨੇ ਤੋਂ ਬਾਅਦ ਉਹ ਬੱਚਾ ਪਛਾਣ 'ਚੋਂ ਹਟ ਜਾਂਦਾ, ਇੰਝ ਲੱਗਣ ਲੱਗ ਜਾਂਦਾ ਜਿਵੇਂ ਇਹ ਹਜੇ ਬੱਚਾ ਹੁੰਦਾ 2.5 ਮਹੀਨੇ ਦਾ, 3 ਮਹੀਨੇ ਦਾ ਲੱਗਦਾ ਕਿ ਹੁਣੇ 15 ਦਿਨਾਂ ਦਾ ਅਜੇ। ਹਾਂ ਫਰੂਕ ਸਾਹਿਬ, ਦੇਖੋ ਜਦੋਂ ਹੁਣ ਬੱਚਾ ਗਰਭ 'ਚ ਵਧੀਆ, ਖੁਰਾਕ ਵੀ ਵਧੀਆ ਹੋ ਗਈ ਸਰ, ਕਈ ਵਾਰ ਨਾ ਅਸੀਂ ਕੀ ਕਰਦੇ ਹਾਂ, ਇੱਕ ਚੁੰਗਣੀ, ਦੇਖੋ ਕਈ ਔਰਤਾਂ ਹੁੰਦੀਆਂ ਨੇ ਕਹਿੰਦੀਆਂ ਜੀ ਬੱਚਾ ਦੁੱਧ ਨਹੀਂ ਚੁੰਗ ਰਿਹਾ, ਜਦੋਂ ਪਹਿਲੀ ਡਿਲੀਵਰੀ ਹੁੰਦੀ ਆ, ਜਦੋਂ ਪਹਿਲਾ ਬੱਚਾ ਹੁੰਦਾ, ਬਹੁਤ ਘੱਟ ਸਮਝ ਹੁੰਦੀ ਆ, ਜਿਨ੍ਹਾਂ ਦੀਆਂ ਤਾਂ ਪੁਰਾਣੀਆਂ ਬਜ਼ੁਰਗਾਂ ਦੇ ਨਾਲ ਰਹਿੰਦੇ ਨੇ ਜਾਂ ਉਹ ਥੋੜ੍ਹਾ ਸਮਝਾ ਕੇ ਉਹਨਾਂ ਨੂੰ ਦੁੱਧ ਚੁੰਗਣ ਲਾ ਦਿੰਦੇ ਆ, ਕਈਆਂ ਔਰਤਾਂ ਨੂੰ, ਸਾਡੀਆਂ ਜਿਹੜੀਆਂ ਭੈਣਾਂ, ਸਾਡੀਆਂ ਜਿਹੜੀਆਂ ਲੜਕੀਆਂ ਨੇ, ਉਹਨਾਂ ਨੂੰ ਇੰਨੀ ਸੋਝੀ ਨਹੀਂ ਹੁੰਦੀ, ਦੁੱਧ ਘੱਟ ਆਉਂਦਾ ਜਾਂ ਦੁੱਧ ਨਹੀਂ ਆ ਰਿਹਾ ਜਾਂ ਦੁੱਧ ਬਣਦਾ ਨਹੀਂ, ਮੰਨ ਲਓ ਉਹ, ਅਸੀਂ ਉਹਨਾਂ ਨੂੰ ਕੀ ਕਰਦੇ ਹਾਂ, ਅਸੀਂ ਚੁੰਗਣੀ ਲਗਾ ਦਿੰਦੇ ਹਾਂ ਬੱਚੇ ਨੂੰ ਵੀ ਚਲੋ ਜੀ ਮੇਰੇ ਤਾਂ ਦੁੱਧ ਹੀ ਨਹੀਂ ਉਤਰਿਆ, ਚੁੰਗਣੀ ਨਾਲ ਦੁੱਧ ਪਿਆ ਦਿਉ। ਉਹ ਚੁੰਗਣੀ ਨਾਲ ਦੁੱਧ ਪਿਆਉਣਾ, ਬ੍ਰੇਨ ਦਾ ਜ਼ੋਰ ਲੱਗਣਾ ਫਰੂਕੀ ਸਾਹਿਬ, ਜਦੋਂ ਅਸੀਂ ਜਿਹੜਾ ਤਾਲਵਾ ਜੋ ਜੀਵਨਾ ਖਿੱਚਦੇ ਹਾਂ, ਜਿਹੜਾ ਉਹਨੇ ਨੈਚੁਰਲ ਆਪਣਾ ਦੁੱਧ ਮਾਂ ਦਾ ਚੁੰਗਣਾ, ਹਾਂਜੀ ਉਹ ਦੁੱਧ ਆਰਾਮ ਨਾਲ ਆਉਣਾ, ਜਿਹੜਾ ਚੁੰਗਣੀ ਵਾਲਾ ਜ਼ੋਰ ਲੱਗਣਾ, ਉਹ ਬ੍ਰੇਨ 'ਤੇ ਅਸਰ ਪਿਆ, ਬ੍ਰੇਨ 'ਤੇ ਅਸਰ ਪਿਆ ਤਾਂ ਬੱਚੇ ਨੂੰ ਗਰੋਥ ਘੱਟ ਗਈ, ਉਹਦੀ ਗਰੋਥ ਰੁਕ ਗਈ, ਉਹਦੀ ਜਿਹੜਾ ਹੱਡੀਆਂ ਦਾ ਵਿਕਾਸ ਹੋਣਾ ਸੀ, ਜਿਹੜਾ ਮਾਂ ਦੇ ਦੁੱਧ ਨਾਲ ਮਿਲਣਾ, ਉਹ ਮੱਝ ਦੇ ਦੁੱਧ ਨਾਲ ਨਹੀਂ ਮਿਲ ਸਕਦਾ। ਸਾਡੀਆਂ ਮਾਵਾਂ ਭੈਣਾਂ ਤਾਂ ਕਹਿੰਦੇ ਨੇ ਸਾਡੀ ਫਿਜ਼ਿਕਸ ਖਰਾਬ ਹੋ ਜਾਂਦੀ ਹੈ, ਅਸੀਂ ਨਹੀਂ ਚੰਗਾ ਸਕਦੇ ਦੁੱਧ, ਇਸੇ ਕਰਕੇ ਤਾਂ ਫਰੂਕੀ ਸਾਹਿਬ ਇੱਥੇ ਅਸੀਂ ਗਲਤ ਹੋ ਗਏ ਅੱਜ। ਸਾਡੀਆਂ ਜਿਹੜੀਆਂ ਮਾਵਾਂ ਸੀ, ਸਾਡੀਆਂ ਦਾਦੀਆਂ ਸੀ, ਪੜਦਾਦੀਆਂ ਸੀਗੀਆਂ, ਉਹ ਕਿਤੇ ਚੰਗਾਉਂਦੀਆਂ ਨਹੀਂ ਸੀ, ਕੀ ਗੱਲ ਉਹਨਾਂ ਨੇ ਬੱਚੇ ਨਹੀਂ ਪਾਲੇ, ਕੀ ਗੱਲ ਉਹਨਾਂ ਨੂੰ ਕੋਈ ਇੱਦਾਂ ਦੀ ਪ੍ਰੋਬਲਮ ਆਈ ਸੀਗੀ, ਅਸੀਂ ਇੱਥੇ ਗਲਤ ਹੋ ਜਾਂਦੇ ਹਾਂ। ਅੱਜ ਕੱਲ੍ਹ ਮਾਡਰਨ ਜ਼ਮਾਨਾ ਆ ਗਿਆ, ਉਹ ਪਹਿਲਾਂ ਤਾਂ ਇਹ ਹਾਲਾਤ ਹੁੰਦੇ ਸੀ ਡਾਕਟਰ ਸਾਹਿਬ, ਕਿ ਮੈਂ ਖੁਦ ਅੱਖੀ ਦੇਖੇ ਨੇ ਕਿ ਅਗਰ ਇੱਕ ਭਾਣਜੀ ਨੂੰ ਭੁੱਖ ਲੱਗੀ ਆ, ਮਾਂ ਕੋਲ ਦੁੱਧ ਨਹੀਂ ਹੈ, ਤਾਂ ਮਾਸੀ ਲਾ ਲੈਂਦੇ ਸੀ ਵੀ ਆ ਜਾ ਕੋਈ ਨਹੀਂ ਪੁੱਤ ਮੇਰੇ ਕੋਲੋਂ ਲੈ ਲੈ। ਹੁੰਦਾ ਜੀ, ਜ਼ਰੂਰ ਹੁੰਦਾ, ਮੈਂ ਕਿਹਾ ਜੀ ਮੇਰੇ ਦੇਖੇ ਦੇ ਆ, ਸਾਡੀ ਵੱਡੀ ਬੇਟੀ ਵੇਲੇ ਜਦੋਂ ਦੁੱਧ ਘੱਟ ਗਿਆ, ਅਸੀਂ ਥੋੜ੍ਹੇ ਦਿਨ ਮੈਡੀਸਨ ਖਵਾਈ, ਦੁੱਧ ਬਾਅਦ 'ਚ ਉਹਨਾਂ ਕੋਲ ਉਹਨੇ ਦਿਨ ਉਹਦੀ ਮਾਮੀ ਨਹੀਂ ਚੰਗਾਇਆ,
ਹੁੰਦਾ ਜੀ ਅਸੀਂ ਕੀ ਕਿਹੜੀ ਮੈਡੀਸਨ ਖਵਾਈ ਸੀ ਫਿਰ? ਮੈਡੀਸਨ ਦੁੱਧ ਲਈ ਆਉਂਦੀ ਆ ਆਪਣੀ ਇਲੈਕਟ੍ਰੋਪੈਥੀ ਮੈਡੀਸਨ, ਇਲੈਕਟ੍ਰੋਪੈਥੀ ਵਿੱਚ ਸਾਰੇ ਇਲਾਜ ਨੇ ਜੀ ਕੋਈ ਮਤਲਬ ਜਿਹੜੀਆਂ ਮਾਵਾਂ ਦੇ ਡਾਕਟਰ ਸਾਹਿਬ ਬਹੁਤ ਵੱਡੀ ਪ੍ਰੋਬਲਮ ਹੈ ਇਹ ਵਾਲੀ ਵੀ ਜੀ ਜੀ ਮੈਂ ਉਹੀ ਕਹਿੰਦਾ ਨਾ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਜਾਓ ਮੇਰੇ ਕੋਲ ਕੋਈ ਗੱਲ ਨਹੀਂ ਮੈਡੀਸਨ ਦਾ ਵੀ ਹਾਈਟ 'ਤੇ ਫਰਕ ਪੈਂਦਾ ਜ਼ਰੂਰ ਪਏਗਾ ਜੀ ਜ਼ਰੂਰ ਪਏਗਾ ਜੇ ਹੁਣ ਬੱਚੇ ਨੇ ਜਿਹੜਾ ਮਾਂ ਨੇ ਖਾਧਾ ਦੇਖੋ ਮੈਂ ਤੁਹਾਨੂੰ ਉਹੀ ਦੱਸਦਾ ਜਿਹੜਾ ਮਾਂ ਨੇ ਵਿਟਾਮਿਨਸ ਲੈਣੇ ਇਸ ਵਾਰ ਤਾਂ ਕਹਿੰਦੇ ਨੇ ਜੀ ਡਾਕਟਰ ਸਾਹਿਬ ਮਾਫ਼ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ ਇਸ ਵਾਰ ਜਿਹੜੇ ਸਾਡੀਆਂ ਯੰਗ ਜਨਰੇਸ਼ਨ ਹੈਗੀ ਹੈ ਉਹ ਕਹਿੰਦੇ ਜੀ ਇਸ ਤਾਂ ਪੰਜੀਰੀ ਵੀ ਨਹੀਂ ਖਾਣੀ ਪੰਜੀਰੀ ਨਾਲ ਸਾਡੀ ਜਿਹੜੀ ਫਿਜ਼ੀਕ ਹੈ ਖਰਾਬ ਹੋ ਜੂ ਅਸੀਂ ਮੋਟੀਆਂ ਹੋ ਜਾਵਾਂਗੀਆਂ ਮੈਂ ਉਹੀ ਵਾਰ ਵਾਰ ਕਹਿ ਰਿਹਾ ਨਾ ਅਸੀਂ ਚਲੇ ਗਏ ਜੀ ਨਵੇਂ ਅੱਜ ਕੱਲ੍ਹ ਦੌਰ ਚੱਲ ਪਏ ਨਵੇਂ ਨਵੀਆਂ ਵੀਡੀਓਸ ਆ ਗਈਆਂ ਯੂਟਿਊਬ 'ਤੇ ਕੱਢ ਲਏ ਆਹ ਕਰ ਲਓ ਦੇਖੋ ਗਲਤ ਆ ਜਿਹੜਾ ਤੁਹਾਨੂੰ ਸਹੀ ਸਿਖਾ ਰਿਹਾ ਉਹਨੂੰ ਫੋਲੋ ਕਰੋ ਬਾਕੀ ਛੱਡ ਦਿਓ ਜੇ ਤੁਹਾਨੂੰ ਗਲਤ ਦੱਸ ਰਿਹਾ ਦੇਖੋ ਇਹਦੇ ਵਿੱਚ ਜਦੋਂ ਅਸੀਂ ਬੱਚੇ ਨੂੰ ਸੰਭਾਲ ਨਹੀਂ ਸਕਦੇ ਸਾਡਾ ਸਮਾਜ 'ਤੇ ਰਹਿਣ ਦਾ ਕੋਈ ਹੱਕ ਨਹੀਂ ਜੇ ਅਸੀਂ ਬੱਚੇ ਨਾਲ ਹੀ ਆਪਣੇ ਵਤੀਰਾ ਕਰਦੇ ਹਾਂ ਬੱਚੇ ਨੂੰ ਅਸੀਂ ਪਰਾਇਆ ਸਮਝ ਲਿਆ ਤਾਂ ਸਾਡਾ ਜ਼ਿੰਦਗੀ 'ਤੇ ਰਹਿਣ ਦਾ ਕੀ ਸਾਡੀਆਂ ਮਾਵਾਂ ਨੇ ਸਾਡੇ ਬਾਪ ਨੇ ਸਾਨੂੰ ਪਾਲਿਆ ਨਹੀਂ ਕਿ ਉਹਨਾਂ ਨੇ ਸਾਡੇ ਦੁੱਖ ਨਹੀਂ ਝੱਲੇ ਕਿ ਉਹਨਾਂ ਨੇ ਆਪਣੀ ਸਿਹਤ ਦੇਖ ਲਈ ਜੇ ਇਹ ਗੱਲ ਦਾ ਮੈਨੂੰ ਜਵਾਬ ਦੇ ਦੇਵੇ ਕੋਈ ਉਹਨਾਂ ਨੂੰ ਦੁੱਧ ਨਹੀਂ ਚੰਗਾਇਆ ਉਹਨਾਂ ਦੀ ਵੀ ਗੱਲ ਕਰ ਰਹੇ ਸੀ ਕਿ ਜਿਹੜੀਆਂ ਮਾਵਾਂ ਦੁੱਧ ਨਹੀਂ ਚੰਗਾਉਂਦੀਆਂ ਆਪਣੇ ਬੱਚੇ ਨੂੰ ਕੰਪੈਰੇਟਿਵਲੀ ਜ਼ਿਆਦਾ ਪ੍ਰੋਬਲਮ 'ਚ ਰਹਿੰਦੀਆਂ ਨੇ ਹਾਂਜੀ ਜ਼ਰੂਰ ਰਹਿੰਦੀਆਂ ਨੇ ਦੇਖੋ ਜਦੋਂ ਨਾ ਦੁੱਧ ਆਉਂਦਾ ਰੁਕੀ ਸਾਹਿਬ ਇਹਨੂੰ ਇੱਕ ਹੋਰ ਤਾਂ ਮੈਂ ਦੱਸਦਾ ਇੱਥੇ ਬਹੁਤ ਲੇਡੀਜ਼ ਆਉਂਦੀਆਂ ਸਾਨੂੰ ਵੀ ਆ ਕੇ ਕਹਿਣਗੀਆਂ ਜੀ ਬੱਚਾ ਦੁੱਧ ਚੁੰਘਦਾ ਛੱਡਦਾ ਨਹੀਂ ਦੁੱਧ ਜੀ ਉਹਦਾ ਦੁੱਧ ਛਡਾਉਣਾ ਕੋਈ ਦਵਾਈ ਦੇ ਦਿਓ ਬਿਲਕੁਲ ਗਲਤ ਆ ਰੁਕੀ ਸਾਹਿਬ ਜੇ ਤੁਸੀਂ ਦਵਾਈ ਲੈ ਕੇ ਦੁੱਧ ਸੁਕਾ ਰਹੇ ਹੋ ਨਾ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਆ ਉਹਦਾ ਇਹ ਇਕੱਲਾ ਤੁਸੀਂ ਦੁੱਧ ਨਹੀਂ ਬੱਚੇ ਨਾਲ ਨਹੀਂ ਕਰ ਰਹੇ ਤੁਸੀਂ ਆਪਣੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹੋ ਬੱਚੇ ਦੀ ਸਿਹਤ ਨਾਲ ਨਹੀਂ ਕਰ ਰਹੇ ਇਕੱਲਾ ਤੁਸੀਂ ਆਪਣੇ ਨਾਲ ਵੀ ਕਰ ਰਹੇ ਹੋ ਅੱਜ ਕੱਲ੍ਹ ਬਿਮਾਰੀਆਂ 'ਚ ਘਿਰਨ ਦੇ ਕਾਰਨ ਹੀ ਸਾਡੇ ਨੇ ਅਸੀਂ ਸਿਆਣੇ ਜ਼ਿਆਦਾ ਬਣ ਗਏ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਿਆਣੇ ਸਮਝਣ ਲੱਗ ਗਏ ਅਸੀਂ ਜਿਹੜੇ ਵੈਦ ਡਾਕਟਰ ਨੇ ਉਹਨਾਂ ਨੂੰ ਅਸੀਂ ਮੂਰਖ ਸਮਝਣ ਲੱਗ ਗਏ ਅਸੀਂ ਕਹਿੰਦੇ ਜੀ ਇਹ ਤਾਂ ਕਹੀ ਜਾਂਦੇ ਨੇ ਬੋਲੀ ਜਾਣ ਦਿਓ ਕੋਈ ਗੱਲ ਨਹੀਂ ਉਹ ਫੋਨ ਚੱਕ ਕੇ ਲਾ ਲੈਣਾ ਰੁਕੀ ਸਾਹਿਬ ਇਹ ਤਾਂ ਜੀ ਤੁਸੀਂ ਕੀ ਦੱਸਦਾ ਇਹ ਤਾਂ ਸਾਡੇ ਫਲਾਣਾ ਕਰਦਾ ਸੀ ਉਹ ਕਰਦਾ ਸੀ ਆਹ ਨਹੀਂ ਜੀ ਇਹ ਤਾਂ ਆਹ ਚੀਜ਼ ਕਰ ਉਹ ਦੇਖੋ ਜੇ ਅਸੀਂ ਇੰਨੇ ਸਿਆਣੇ ਤੁਸੀਂ ਬਿਮਾਰੀਆਂ ਨਾਲ ਨਾ ਘਿਰਦੇ ਤੁਸੀਂ ਡਾਕਟਰ ਵੈਦਾਂ ਨੂੰ ਨਾ ਲੱਭਦੇ ਜੇ ਅਸੀਂ ਸਿਆਣੇ ਹੁੰਦੇ ਅਸੀਂ ਘਰ 'ਚ ਇਲਾਜ ਕਰਦੇ ਘਰ ਦੇ ਵਿੱਚ ਤੰਦਰੁਸਤ ਰਹਿੰਦੇ ਫਰੂਕੀ ਸਾਹਿਬ ਜੇ ਕੋਈ ਇੱਦਾਂ ਦੀ ਗੱਲ ਕਰਦਾ ਉਹ ਬਿਲਕੁਲ ਗਲਤ ਆ ਜੇ ਡਾਕਟਰ ਨੇ ਡਿਊਟੀ ਸਾਡੀ ਡਾਕਟਰ ਦੀ ਲਗਾਈ ਅਸੀਂ ਡਾਕਟਰ ਹਾਂ ਜੇ ਤੁਹਾਡੀ ਮੀਡੀਆ 'ਚ ਲਗਾਈ ਆ ਤੁਸੀਂ ਮੀਡੀਆ ਵਾਲਿਓ ਆਪਣੇ ਹੀ ਕੰਮ ਦਾ ਆਪ ਨੂੰ ਅਨੁਭਵ ਹੁੰਦਾ ਅਤੇ ਜੇ ਅਸੀਂ ਉਹਦੇ ਨਾਲ ਛੇੜਛਾੜ ਕਰਾਂਗੇ ਅਸੀਂ ਉਹਦੇ ਉਲਟ ਜਾਵਾਂਗੇ ਸਾਨੂੰ ਇਹ ਹਾਨੀ ਭੁਗਤਣੀ ਪੈਣੀ ਆ ਸਾਨੂੰ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਸਾਡੇ ਬੱਚਿਆਂ ਦੀ ਗਰੋਥ ਕਿਉਂ ਨਹੀਂ ਵੱਧਦੀ ਅੱਗੇ ਹੁੰਦੇ ਸੀ ਅਸੀਂ ਬਾਹਰ ਖੇਡਣ ਜਾਣਾ ਖੋ ਖੋ ਖੇਡ ਲਏ ਡੰਡਾ ਡੁੱਕ ਖੇਡ ਲਏ ਬਾਂਡੇ ਖੇਡ ਲਏ ਖੋ ਖੋ ਖੇਡ ਲਈ ਕਬੱਡੀ ਖੇਡ ਲਈ ਬੱਚਿਆਂ ਦੀ ਗਰੋਥ ਜਿਹੜੀ ਸੀਗੀ ਵਧਣੀ ਸੀਗੀ ਜਿਹੜੀ ਉਹਦੀ ਬੌਂਸ ਨੇ ਉਹਨਾਂ ਨੇ ਵਧਣਾ ਫੁੱਲਣਾ ਸੀਗਾ ਉਹਨਾਂ ਨੇ ਗਰੋਥ ਕਰਨੀ ਸੀ ਅੱਜ ਹਰੇਕ ਬੱਚੇ ਦੇ ਹੱਥ ਫੋਨ ਮੋਬਾਈਲ ਗੇਮ ਖੇਡੀ ਜਾਣਗੇ ਇੰਸਟਾ ਚਲਾਈ ਜਾਣਗੇ ਫੇਸਬੁੱਕ ਚਲਾਈ ਜਾਂਦੀਆਂ ਨੇ ਯੂਟਿਊਬ ਚਲਾਈ ਉਹ ਕਿੱਥੇ ਚੱਲ ਗਈ ਸਾਡਾ ਸਮਾਜ ਮੈਨੂੰ ਸਮਝ ਨਹੀਂ ਆਉਂਦੀ ਕਿੱਧਰ ਚਲੇ ਗਏ ਅਸੀਂ ਸਾਡਾ ਇਹ ਹੈ ਹੀ ਨਹੀਂ ਸੀਗਾ ਜੀ ਸਾਨੂੰ ਬੱਚੇ ਤੋਂ ਖੇਡਾ ਛੋੜਨ ਵਾਸਤੇ ਤੇ ਛੋਟੇ ਬੱਚੇ ਨੂੰ ਵੀ ਮੋਬਾਈਲ ਦੇ ਕੇ ਸਾਲ ਸਾਲ ਦੇ ਨੂੰ ਮੋਬਾਈਲ ਦੇ ਕੇ ਬਿਠਾ ਲੈਂਦੀਆਂ ਨੇ ਮਾਵਾਂ ਅਸੀਂ ਇਹ ਗਲਤ ਕਰਤਾ ਅਸੀਂ ਬੱਚਿਆਂ ਨੂੰ ਕਿਰਾਏ ਪਾਤਾ ਗਲਤ ਪਾਤਾ ਅਸੀਂ ਗਲਤ ਪਾਸੇ ਅੱਛਾ ਡਾਕਟਰ ਸਾਹਿਬ ਇਹ ਦੱਸੋ ਕਿ ਜਿਹੜੀ ਹਾਈਟ ਹੈਗੀ ਹੈ ਮੈਡੀਕਲ ਤਾਂ ਇਹ ਕਹਿ ਰਹੀ ਹੈ ਕਿ 19 ਸਾਲ ਤੱਕ ਜਿਹੜੀ ਕੱਦ ਵੱਧ ਹੈ ਉਸ ਤੋਂ ਬਾਅਦ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਅਤੇ ਤੁਹਾਡੀ ਹਾਈਟ ਨਹੀਂ ਵੱਧ ਸਕਦੀ ਤੁਹਾਡੇ ਮੁਤਾਬਕ ਕਿੰਨੀ ਉਮਰ ਤੱਕ ਹਾਈਟ ਵੱਧ ਸਕਦੀ ਹੈ ਤੁਹਾਡੇ ਨੁਸਖੇ ਨਾਲ ਫਾਰਮੂਲੇ ਨਾਲ ਜਿਹੜਾ ਤੁਸੀਂ ਦੇ ਰਹੇ ਹੋ 25 ਸਾਲ ਦੇ ਬੱਚੇ ਤੱਕ ਦੀ ਹਾਈਟ ਵੱਧ ਸਕਦੀ ਠੀਕ ਠੀਕ ਲਾ ਲਓ ਬਿਲਕੁਲ ਠੀਕ ਠੀਕ ਆ ਇਹਦੇ ਵਿੱਚ ਦੋ ਐਕਸਰਸਾਈਜ਼ ਦੱਸੂੰਗਾ ਸੌਖੀਆਂ ਐਕਸਰਸਾਈਜ਼ ਨੇ ਘਰੇ ਕਰੋ ਨਾਲ ਸਾਡਾ ਨੁਸਖਾ ਅਜ਼ਮਾਓ
ਜੇ ਤਾਂ ਵੀ ਨੁਸਖੇ ਨਾਲ ਸਹੀ ਰਿਜ਼ਲਟ ਨਹੀਂ ਮਿਲਦਾ, ਸਾਡੇ ਕੋਲ ਲੈਟਰੋਪੈਥੀ ਮੈਡੀਸਨ ਹੈਗੀ ਹੈ। ਦੁੱਧ ਵਾਲਾ ਨੁਸਖਾ ਤੁਸੀਂ ਵਿੱਚ ਹੀ ਰੋਲ ਸਰ, ਉਹ ਵੀ ਦੇ ਦਿਓ, ਉਹ ਵੀ ਦੇ ਦਾਂਗੇ। ਹਾਂਜੀ, ਕੋਈ ਗੱਲ ਨਹੀਂ। ਜਿਹੜੇ ਨਾ ਨੁਸਖੇ ਦੇਖੋ ਫਰੂਕੀ ਸਾਹਿਬ, ਜਿੱਦਾਂ ਦੇ ਨੁਸਖੇ ਆਪਣੇ ਸੈੱਟ ਕੀਤੇ ਹੁੰਦੇ ਨੇ ਨਾ, ਇਹ ਨੁਸਖੇ ਇੱਦਾਂ ਨਹੀਂ ਦਿੱਤੇ ਹੁੰਦੇ, ਇਹਨਾਂ 'ਤੇ ਰਿਜ਼ਲਟ ਲਏ ਹੁੰਦੇ ਨੇ, ਅਜ਼ਮਾਏ ਹੋਏ ਨੁਸਖੇ ਹੁੰਦੇ ਨੇ, ਜਿਨ੍ਹਾਂ 'ਤੇ ਸਾਡੇ ਹੋਸਪਿਟਲ 'ਚ ਰਿਜ਼ਲਟ ਮਿਲ ਰਹੇ ਨੇ, ਅਸੀਂ ਉਹੀ ਨੁਸਖੇ ਅੱਗੇ ਸ਼ੇਅਰ ਕਰਦੇ ਹਾਂ। ਅਤੇ ਫਿਰ ਇਹ ਕਿਹੜਾ ਨੁਸਖਾ ਹੈਗਾ ਜੀ ਜਿਹੜਾ ਤੁਸੀਂ ਇਹ ਸੋਇਆਬੀਨ ਰੱਖੀ ਹੈ, ਮੂੰਗਫਲੀ ਰੱਖੀ ਹੈ, ਛੋਲੇ ਨੇ, ਗੁੜ ਹੈ, ਇਹ ਤਾਂ ਮੈਨੂੰ ਐਂ ਲੱਗਦਾ ਜਿਵੇਂ ਕਿਸੇ ਮਹਿਮਾਨ ਦੇ ਮੂਹਰੇ ਤੁਸੀਂ ਪਲੇਟਾਂ ਸਜਾ ਕੇ ਰੱਖੀਆਂ ਨੇ ਵੀ ਲਓ ਜੀ ਖਾਓ। ਇਹ ਵਧੀਆ ਡਾਇਟ ਆ ਜੀ। ਇਹ ਜ਼ਰੂਰੀ ਨਹੀਂ ਹੈਗਾ ਵੀ ਕੱਦ ਵਧਾਉਣ ਵਾਲੇ ਲਈ ਆ, ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਚੁੱਕੀਆਂ, ਜਿਹੜੇ ਬਜ਼ੁਰਗ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ, ਜਿਹੜੇ ਕਹਿੰਦੇ ਨੇ ਮੇਰੀ ਹੱਡੀ ਕਦੇ ਕਿਤੋਂ ਟੁੱਟ ਗਈ, ਕਦੇ ਕਿਤੋਂ ਟੁੱਟ ਗਈ, ਜਾਂ ਹੱਡੀਆਂ 'ਚ ਕੜਕੜ ਦੀ ਆਵਾਜ਼ ਆ ਰਹੀ ਆ, ਉਹ ਵੀ ਯੂਜ਼ ਕਰ ਸਕਦੇ ਆ। ਜਿਨ੍ਹਾਂ ਨੂੰ ਵੀਕਨੈਸ ਆ ਉਹ ਵੀ ਯੂਜ਼ ਕਰ ਸਕਦੇ ਆ, ਜਿਨ੍ਹਾਂ ਨੂੰ ਵਿਟਾਮਿਨਸ ਦੀ ਘਾਟ ਆ ਉਹ ਵੀ ਯੂਜ਼ ਕਰ ਸਕਦੇ ਆ। ਇਹ ਸਾਰਿਆਂ 'ਤੇ ਨੁਸਖਾ ਅਜ਼ਮਾਇਆ ਹੋਇਆ ਕੰਮ ਕਰੂਗਾ ਇਹ। ਜੀ ਜੀ। ਅੱਛਾ ਡਾਕਟਰ ਸਾਹਿਬ, ਜਿਹੜੀ ਔਰਤਾਂ ਪਤਲੀਆਂ, ਦੁਬਲੀਆਂ ਪਤਲੀਆਂ ਹੈਗੀਆਂ ਨੇ, ਵਜ਼ਨ ਨਹੀਂ ਵੱਧਦਾ ਉਹਨਾਂ ਦਾ ਡਿਲੀਵਰੀ ਤੋਂ ਬਾਅਦ, ਬਹੁਤ ਵੱਧਦਾ ਡਿਲੀਵਰੀ ਤੋਂ ਪਹਿਲਾਂ ਠੀਕ ਵਜ਼ਨ ਹੁੰਦਾ, ਡਿਲੀਵਰੀ ਤੋਂ ਬਾਅਦ ਲਗਾਤਾਰ ਸੁੱਕਦੀਆਂ ਜਾ ਰਹੀਆਂ ਨੇ, ਤੁਸੀਂ ਸਮਝਾ ਰਹੇ ਸੀ ਕਿ ਕਿਸ ਤਰੀਕੇ ਨਾਲ ਇਹ ਨੁਸਖੇ ਨਾਲ ਉਹਨਾਂ ਦੀ ਜਿਹੜੀ ਹੈਲਥ ਹੈਗੀ ਹੈ, ਉਹਨਾਂ ਦੀ ਦਿੱਖ ਹੈਗੀ ਜਿਹੜੀ ਉਹ ਬਿਲਕੁਲ ਫਿਰ ਨੋਰਮਲ ਹੋ ਸਕਦੀ ਹੈ, ਕੀ ਦੱਸ ਰਹੇ ਸੀ ਤੁਸੀਂ? ਉਹ ਆ ਰਹੇ ਸੀਗੇ, ਕਹਿੰਦੇ ਵੀ ਇੱਦਾਂ ਹੋ ਗਿਆ ਜਿਵੇਂ ਵੀਕਨੈਸ ਬਹੁਤ ਆ ਗਈ, ਥਕਾਵਟ ਬਹੁਤ ਰਹਿਣ ਲੱਗ ਗਈ, ਉਹਨਾਂ 'ਚ ਵਿਟਾਮਿਨਸ ਦੀ ਕਮੀ ਆ ਗਈ, ਤਾਂ ਉਹਨਾਂ ਨੂੰ ਮੈਡੀਸਨ ਦਿੱਤੀ ਸੀ ਇਲੈਕਟ੍ਰੋਪੈਥੀ ਦੀ ਨਾਲ, ਅਤੇ ਉਹਦੇ ਨਾਲ ਜਿਵੇਂ ਜਿਵੇਂ ਉਹਨਾਂ ਨੂੰ ਡਾਇਟ ਦੱਸੀ ਉਹਨਾਂ ਨੇ ਉੱਦਾਂ ਉੱਦਾਂ ਲਈ। ਹੋਰ ਤੁਸੀਂ ਨੁਸਖਾ ਕਿਹੜਾ ਦੱਸਿਆ ਸੀ? ਉਹਨਾਂ ਨੂੰ ਸੋਇਆਬੀਨ ਦੀ ਦਾਲ ਦੱਸੀ ਸੀਗੀ ਜੀ। ਇਹ ਦਾਲ ਜੀ? ਹਾਂਜੀ ਹਾਂਜੀ। ਡਾਕਟਰ ਸਾਹਿਬ, ਇਹਦੇ ਨਾਲ ਵਜ਼ਨ ਵੀ ਵੱਧ ਸਕਦਾ? ਇਹਦੇ ਨਾਲ ਵਜ਼ਨ ਵੀ ਵੱਧਦਾ ਫਰੂਕੀ ਸਾਹਿਬ, ਕੱਦ ਵੀ ਵੱਧਦਾ। ਲਓ ਜੀ, ਇਹ ਦਾਲ ਦਾ ਨੁਸਖਾ ਹੈਗਾ, ਪਰ ਇਹ ਕਹਿੰਦੇ ਨੇ ਜੀ ਜੀ ਜਿਹੜੀ ਇਹ ਹੈਗੀ ਹੈ ਵੀ ਕਿਤੇ ਜ਼ਿਆਦਾ ਹੀ ਨਾ ਵਜ਼ਨ ਵਧਾ ਦੇਵੇ। ਨਹੀਂ ਫਰੂਕੀ ਸਾਹਿਬ, ਇਹਨੇ ਵਜ਼ਨ ਨਹੀਂ ਵਧਾਉਣਾ, ਇਹਨੇ ਤੁਹਾਡੀ ਜਿਹੜੀ ਠੋਸ ਬਣਾਉਣਾ, ਤੁਹਾਨੂੰ ਜਿਹੜੀ ਤੁਹਾਡੀ ਬੜੀ, ਇੱਕ ਬੱਚੇ ਤੁਸੀਂ ਦੇਖੇ ਹੋਣਗੇ ਸਾਈਡ 'ਤੇ, ਉਹ ਤਾਂ ਫੈਲਦੇ ਜਾਣਗੇ, ਉੱਪਰ ਨੂੰ ਨਹੀਂ ਵੱਧਦੇ, ਇਹ ਉਹਨਾਂ 'ਤੇ ਵੀ ਕੰਮ ਕਰੂਗਾ। ਪਤਾ ਕੀ ਹੁੰਦਾ ਫਰੂਕੀ ਸਾਹਿਬ, ਤੀਰ ਵਾਂਗੂ ਸਿੱਧੇ ਕਰ ਦੇਣਗੇ। ਹਾਂਜੀ, ਸਾਡੇ ਨਾ ਬ੍ਰੇਨ ਦੇ ਥੱਲੇ ਇੱਕ ਗਲਾਇੰਡ ਹੁੰਦਾ, ਗਲਾਇੰਡ ਜਦੋਂ ਕੰਮ ਘੱਟ ਕਰਨਾ ਸ਼ੁਰੂ ਕਰ ਦਿੰਦਾ, ਬੱਚੇ ਦੀ ਗਰੋਥ ਰੁਕ ਜਾਂਦੀ ਆ। ਜਿਹੜੇ ਉਹ ਗਲਾਇੰਡ ਨੂੰ ਇਹਨੇ ਸਹੀ ਤਰੀਕੇ ਨਾਲ ਕੰਮ ਕਰਨ ਲਾਉਣਾ, ਜਦੋਂ ਕੰਮ ਕਰਨ ਲੱਗ ਗਿਆ ਗਲਾਇੰਡ, ਬੱਚੇ ਦੀ ਗਰੋਥ ਵਧਣੀ ਸ਼ੁਰੂ ਹੋ ਜਾਂਦੀ ਆ, ਹੱਡੀਆਂ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ। ਇੱਕ ਸਾਡੇ ਰੁਕੀ ਸਾਹਿਬ ਇੱਥੇ ਬਿਲਕੁਲ ਆ ਸੈਂਟਰ ਪੁਆਇੰਟ 'ਚ ਇੱਕ ਗਲਾਇੰਡ ਹੁੰਦਾ, ਇਹਦੇ ਵਿੱਚ ਜੇ ਕਿਸੇ ਦਾ ਸਿਰ ਦਰਦ ਕਰਦਾ ਹੋਵੇ, ਜੇ ਕਿਸੇ ਦਾ ਕੱਦ ਨਾ ਵੱਧਦਾ ਹੋਵੇ, ਇਹਨੂੰ ਪ੍ਰੈਸ ਕਰੋ ਇਸ ਤਰੀਕੇ ਨਾਲ, ਇਹਨੂੰ 5 ਮਿੰਟ ਇੱਦਾਂ ਕਰਕੇ ਉਂਗਲ ਨਾਲ ਇੱਥੇ ਇਹਨੂੰ ਪ੍ਰੈਸ ਕਰਦੇ ਰਹੋ। ਇਹੀ ਉਂਗਲ ਲਾਉਣੀ ਹੈ ਜੀ? ਜਿਹੜੀ ਮਰਜ਼ੀ ਲਾ ਲਓ, ਉਹ ਤਾਂ ਮੈਂ ਵੈਸੇ ਸਮਝਾਤਾ, ਆਹ ਲਾ ਲਓ, ਆਹ ਲਾ ਲਓ, ਇਹ ਕਿਹੜਾ ਆਪਾਂ ਬਾਬਿਆਂ ਵਾਂਗੂ ਦੱਸਣਾ ਜੀ ਆਹੀ ਉਂਗਲ ਨੇ ਕੰਮ ਕਰਨਾ, ਦੂਜੀ ਉਂਗਲ ਨੇ ਕੰਮ ਨਹੀਂ ਕਰਨਾ, ਤਾਂ ਜਿਹੜੀ ਨਾ ਮਰਜ਼ੀ ਕਹਿ ਲਓ, ਅੰਗੂਠਾ ਲਾ ਲਓ ਚਾਹੇ, ਕੋਈ ਚੱਕਰ ਨਹੀਂ। ਪੁਆਇੰਟ ਦੱਬਣਾ ਤੁਸੀਂ ਜੀ, ਪੁਆਇੰਟ ਦੱਬਣਾ ਇਹਨੂੰ, ਪੁਆਇੰਟ ਦੱਬ ਕੇ ਇੱਥੋਂ ਇਹਨੂੰ ਇਹਨੂੰ ਪ੍ਰੈਸ, ਜ਼ਿਆਦਾ ਜ਼ੋਰ ਨਾਲ ਨਹੀਂ ਦੱਬਣਾ ਹੈਗਾ, ਹਲਕੇ ਹੱਥ ਨਾਲ ਇਹਨੂੰ ਪ੍ਰੈਸ ਕਰਦੇ ਰਹੋ। ਜਿਹੜਾ ਗਲਾਇੰਡ ਨਹੀਂ ਕੰਮ ਕਰਦਾ, ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ, ਕੱਦ ਵੱਧ ਜਾਏਗਾ, ਕੱਦ ਵਧਣਾ ਸ਼ੁਰੂ ਹੋ ਜਾਂਦਾ। ਇੱਕ ਐਕਸਰਸਾਈਜ਼ ਮੈਂ ਹੋਰ ਦੱਸਾਂਗਾ, ਪਹਿਲਾਂ ਤੁਸੀਂ ਮੱਥੇ 'ਤੇ ਹੱਥ ਮਾਰਦੇ ਹੁੰਦੇ ਸੀ, ਹੁਣ ਮੱਥੇ 'ਤੇ ਉਂਗਲੀ ਮਾਰੀਏ ਫਿਰ ਕੱਦ ਵਧਾਉਣ ਨੂੰ। ਹਾਂਜੀ, ਬੱਚੇ ਨੂੰ ਇੱਕ ਐਕਸਰਸਾਈਜ਼ ਹੋਰ ਮੈਂ ਦੱਸਦਾ, ਇਹਦਾ ਸੇਵਨ ਕਰਕੇ ਬੱਚੇ ਨੇ ਉੱਪਰ ਲੰਮ ਕੇ ਪੰਜਿਆਂ ਨੂੰ ਅੱਗੋਂ ਪੈਰਾਂ ਦਿਆਂ ਨੂੰ ਇੱਦਾਂ ਇੱਦਾਂ ਕਰਨਾ, ਪੰਜਿਆਂ ਨੂੰ ਪੈਰਾਂ ਦੇ ਨੂੰ ਇੱਦਾਂ ਇੱਦਾਂ ਕਰਨਾ। ਇਹ ਦੇਖ ਲਓ, ਹੱਥਾਂ ਨੂੰ ਨਹੀਂ ਕਰਨਾ, ਪੈਰਾਂ ਦੇ ਪੰਜਿਆਂ ਨੂੰ ਕਰਨਾ, ਅਸੀਂ ਪੰਜਿਆਂ ਨੂੰ ਇੱਦਾਂ ਇੱਦਾਂ ਹਿਲਾਉਣਾ ਉੱਪਰ ਲਮਕ ਕੇ, ਇੱਕ ਇਹ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦੇਣ, ਐਕਸਰਸਾਈਜ਼ਾਂ ਕਰ ਲੈਣ, ਬੱਚੇ ਦੀ ਗਰੋਥ ਜਿਹੜੇ ਹਾਈਟ ਆ ਵਧੂਗੀ ਵਧੂਗੀ ਹੈ ਨਾ। ਫਿਰ ਇਹ ਨੁਸਖਾ ਇਸਤੇਮਾਲ ਕਿਵੇਂ ਕਰਨਾ? ਇਹ ਨੁਸਖਾ ਮੈਂ ਦੱਸ ਦਿੰਦਾ, ਇਹ ਇੱਕ ਆ ਦੇਖੋ ਗਲਾਸ ਲੈ ਲਿਆ ਸੀ, ਆਹ ਸੋਇਆਬੀਨ ਦੀ ਦਾਲ ਆ, ਇਹਨੂੰ ਇੰਨੀ ਕੁ ਲੈ ਲੈਣੀ ਆ ਬਸ,
ਕੈਮਰਾਮੈਨ ਮੈਂ ਕਹਿੰਦਾ ਚੰਗੀ ਤਰ੍ਹਾਂ ਦਿਖਾ ਦਿਓ 30 ਦਾਣੇ। ਹਾਂਜੀ 30 ਦਾਣੇ ਇਹਦੇ ਆਪਾਂ ਇਹ ਆ ਦੇਖੋ ਇੱਦਾਂ ਆਪਾਂ ਇਹਦੇ ਵਿੱਚ ਗਲਾਸ 'ਤੇ ਪਾ ਲੈਣੇ ਆ ਇਹ ਆਪਾਂ, ਠੀਕ ਹੈ ਜੀ। ਉਸ ਤੋਂ ਬਾਅਦ ਹੈਗੀ ਆ ਸਾਡੇ ਕੋਲ ਮੂੰਗਫਲੀ ਪਈ ਆ ਕੱਚੀ ਮੂੰਗਫਲੀ, ਇਹਨੂੰ ਇੰਨੇ ਕੁ ਦਾਣੇ ਅਸੀਂ ਕੱਚੀ ਮੂੰਗਫਲੀ ਦੇ ਇਹਦੇ ਵਿੱਚ ਇਹ ਵੀ ਪਾ ਲੈਣੇ ਅਸੀਂ, ਠੀਕ ਹੈ ਜੀ, ਇਹ ਵੀ ਪਾ ਲੈਣੇ ਆ। ਫਿਰ ਸਾਡੇ ਕੋਲ ਪਏ ਆ ਜੀ ਕਾਲੇ ਚਨੇ ਜਿਹਨੂੰ ਕਾਲੇ ਛੋਲੇ ਕਹਿ ਦਿੰਦੇ ਹਾਂ, ਉਹ ਵੀ ਇੰਨੇ ਕੁ ਪਾਉਣੇ ਆ, ਇਹਨਾਂ ਨੂੰ ਪਾ ਲੈਣਾ। ਇਹਨਾਂ ਨੂੰ ਰਾਤ ਨੂੰ ਭਿਉਂ ਕੇ ਇੱਕ ਗਲਾਸ ਦੇ ਵਿੱਚ, ਇੱਕ ਗਲਾਸ ਪਾਣੀ ਦਾ ਲੈਣਾ ਪੂਰਾ ਤੁਸੀਂ, ਇਹਨੂੰ ਭਿਉਂ ਕੇ ਰੱਖ ਲੈਣਾ ਸਾਰੀ ਰਾਤ, ਭਿੱਜਿਆ ਰਹਿਣ ਦਿਓ। ਸਵੇਰੇ ਉੱਠ ਕੇ ਇਹਨੂੰ ਉਬਾਲਣਾ, ਉਬਾਲ ਕੇ ਜਦੋਂ ਅੱਧਾ ਗਲਾਸ ਪਾਣੀ ਦਾ ਰਹਿ ਗਿਆ ਚੰਗੀ ਤਰ੍ਹਾਂ ਉਬਾਲ, ਅਤੇ ਇਹ ਕੱਚੇ ਨਹੀਂ ਰਹਿਣੇ ਚਾਹੀਦੀ, ਜਿਹੜੀ ਦਾਲ ਹੁੰਦੀ ਹੈ ਨਾ ਕੱਚੀ ਸੋਇਆਬੀਨ ਦੀ ਇਹ ਪੇਟ ਨੂੰ ਨੁਕਸਾਨ ਕਰ ਜਾਂਦੀ ਹੈ, ਇਹਨੂੰ ਉਬਾਲਣਾ ਚੰਗੀ ਤਰ੍ਹਾਂ। ਜਦੋਂ ਇਹ ਗਲ ਗਈ ਉਸ ਤੋਂ ਬਾਅਦ ਲਾ ਕੇ ਇਹਨਾਂ ਨੂੰ ਗੁੜ ਦੇ ਨਾਲ, ਇੱਕ ਅਸੀਂ ਗੁੜ ਵੀ ਰੱਖਿਆ, ਮੂੰਗਫਲੀ ਕੱਚੀ ਲੈਣੀ ਪੱਕੀ? ਕੱਚੀ ਲੈਣੀ ਹੈ ਜੀ, ਕੱਚੀ ਮੂੰਗਫਲੀ ਲੈਣੀ ਹੈ, ਕੱਚੀ ਸੋਇਆਬੀਨ ਦੀ ਦਾਲ ਲੈਣੀ ਹੈ, ਕੱਚੇ ਛੋਲੇ ਲੈਣੇ ਆ। ਇਹਨਾਂ ਨੂੰ ਫਿਰ ਜਿਹੜੀ ਆਪਾਂ ਸਵੇਰੇ ਉਬਾਲ ਕੀਤੀ ਹੋਈ, ਉਬਾਲੀ ਹੋਈ ਜਿਹੜੀ ਦਾਲ ਅਤੇ ਤਿੰਨੇ ਚੀਜ਼ਾਂ ਨੇ, ਇਹਨਾਂ ਨੂੰ ਗੁੜ ਦੀ ਇੱਕ ਛੋਟੀ ਜਿਹੀ ਡਲੀ ਲੈ ਲੈਣੀ ਆ, ਉਹਦੇ ਨਾਲ ਖਾਣਾ ਸੀ ਇਹਨੂੰ। ਅੱਛਾ, ਉਹਦੇ ਨਾਲ ਇੱਕ ਟਾਈਮ ਖਾਣਾ ਸਵੇਰ ਟਾਈਮ, ਇਹਨੂੰ ਸ਼ੁਰੂ ਕਰ ਦਿਓ ਖਾਣਾ, ਤੁਹਾਡੀ ਹਾਈਟ ਵਧਣੀ ਸ਼ੁਰੂ ਹੋ ਜੂਗੀ। ਸਫੈਦੇ ਵਾਂਗੂ? ਮੈਂ ਕਿਹਾ ਜੀ ਬਾਂਸ ਵਾਂਗੂ, ਸਫੈਦਾ ਤਾਂ ਨਹੀਂ ਮਾਰਿਆ, ਇਹ ਤਾਂ ਬਾਂਸ ਵਾਂਗੂ, ਬਾਂਸ ਵਾਂਗੂ ਵਧੂਗਾ ਜੀ। ਅੱਛਾ ਡਾਕਟਰ ਸਾਹਿਬ, ਬਹੁਤ ਵਾਰ ਹੁੰਦਾ ਹੈ ਕਿ ਜਿਹੜਾ ਕੱਦ ਜੇਕਰ ਮਧਰਾ ਰਹਿ ਜੇ ਸਾਡੇ, ਜਿਵੇਂ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਦੱਸਿਆ ਸੀ ਕਿ ਮਾਂ ਬਾਪ ਮਧਰੇ ਨੇ ਅਤੇ ਅਸੀਂ ਤਾਂ ਇਹ ਵੀ ਸੋਚ ਲੈਂਦੇ ਹਾਂ ਕਿ ਹੁਣ ਬੱਚੇ ਤਾਂ ਮਧਰੀ ਪੈਦਾ ਹੋਣਗੇ, ਪਰ ਇੱਕ ਨੈਚੁਰਲ ਹਾਈਟ ਕਿੰਨੀ ਹੁੰਦੀ ਹੈ? ਆਮ ਜਿਹੜੀ ਕੁਦਰਤ ਨੇ ਖੇਤਰ ਦੇ ਹਿਸਾਬ ਨਾਲ, ਖਾਸ ਕਰਕੇ ਅਸੀਂ ਪੰਜਾਬ ਦੀ ਗੱਲ ਕਰ ਲਈਏ, ਇੱਕ ਐਵਰੇਜ ਹਾਈਟ ਕਿੰਨੀ ਹੈ, ਜਿੰਨੀ ਕੁ ਜਾਣੀ ਹੀ ਜਾਣੀ ਹੁੰਦੀ ਹੈ? ਦੇਖੋ ਫਰੂਕੀ ਸਾਹਿਬ, ਸਾਡੇ ਜਿਹੜੇ ਪਹਿਲਾਂ ਬਜ਼ੁਰਗ ਸੀਗੇ, ਜੇ ਅਸੀਂ ਪੁਰਾਣੇ ਲਗਾ ਲਈਏ, ਉਹਨਾਂ ਦੇ ਤਾਂ 7-7 ਫੁੱਟ ਦੀ ਵੀ ਹਾਈਟ ਸੀਗੀ, ਹੈ ਨਾ। ਦੇਖੋ ਹੌਲੀ ਹੌਲੀ ਘੱਟਦੀ ਘੱਟਦੀ, ਸਾਡੇ 6 ਫੁੱਟ ਦੇ, 6.5 ਫੁੱਟ ਦੇ ਵਿੱਚ, 6-6 ਫੁੱਟ ਦੇ, 6 ਫੁੱਟ 8 ਇੰਚ, 8.5 ਇੰਚ, 9 ਇੰਚ ਦੇ ਬੱਚਾ ਸਹੀ ਹੁੰਦਾ, ਉਹਦੀ ਹਾਈਟ ਸਹੀ ਹੁੰਦੀ ਹੈ ਬੰਦੇ ਦੀ। ਜੇ ਜਨਾਨੀ ਲਗਾ ਲਓ, ਉਹ 5 ਫੁੱਟ 5 ਇੰਚ, 6 ਇੰਚ ਦੀ ਠੀਕ ਆ, 6 ਇੰਚ ਦੀ ਠੀਕ ਆ ਹਾਈਟ ਉਹਦੀ, ਕੋਈ ਜ਼ਿਆਦਾ ਨਹੀਂ, ਜਿਹੜੀ 6.5 ਇੰਚ ਹੋ ਗਿਆ, ਹੈ ਨਾ, ਉਹ ਸਹੀ ਆ। ਜੇ ਤੁਹਾਡੇ ਲਈ ਕਿੰਨੇ ਇੰਚ ਵਧਾਏਗੀ ਹੁਣ ਇਸ ਗੱਲ 'ਤੇ? ਉਹ ਹਾਂ ਮੇਰੇ ਵਾਲੀ, ਮੈਂ ਕਹਿੰਦਾ ਜੀ ਜਿਹੜਾ 5 ਫੁੱਟ ਕੱਦ ਆ ਜਿਹਦਾ, ਮੰਨ ਲਓ ਉਹ ਜੇ 20 ਸਾਲ ਦਾ 25 ਸਾਲ ਦਾ ਬੱਚਾ, ਆਉਣੀ ਸ਼ੁਰੂ ਕਰ ਲਓ, ਦੱਸ ਦੂ ਫਿਰ ਤੁਹਾਨੂੰ ਕਿੰਨੀ ਕੁ ਵੱਧਦੀ, ਰੋਕਣਾ ਪੈਣਾ ਜੀ। ਮੈਂ ਇਹ ਨਹੀਂ ਕਹਿੰਦਾ ਜੀ 1 ਇੰਚ ਹੀ ਵਧਾਊਗੀ, ਮੈਂ ਤਾਂ ਕਹਿੰਦਾ ਜੀ ਰੋਕਣਾ ਪੈਣਾ ਉਹਨੂੰ। ਉਹਨੇ ਕਹਿਣਾ ਜੀ ਮੈਨੂੰ ਹੁਣ ਇੱਦਾਂ ਦੀ ਕੋਈ ਦੋ ਜਿਹੜੀ ਰੁਕ ਜਾਵੇ ਹਾਈਟ, ਤੁਹਾਡੀ ਗੁੜੀਆ ਵੱਧ ਰਹੀ ਹੈ ਜੀ, ਉਹ ਤਾਂ ਸਹੀ ਗੱਲ ਹੈ ਜੀ। ਉਹ ਬੁਲਾਇਓ ਜ਼ਰਾ ਉਹਨਾਂ ਨੂੰ, ਜਾਣਾ ਬੇਟਾ ਇੱਧਰ ਆਇਓ ਪਵਨੀਤ। ਸੋ ਦੇਖੋ ਤੁਹਾਨੂੰ ਅਸੀਂ ਇਹਨਾਂ ਦੀ ਜਿਹੜਾ ਨੁਸਖਾ ਫਾਰਮੂਲਾ ਯੂਜ਼ ਕਰਦੇ ਨੇ, ਉਹਨਾਂ ਦੀ ਜਿਹੜੀ ਬੇਟੀ ਹੈਗੀ ਹੈ, ਡਾਕਟਰ ਸਾਹਿਬ ਦੀ ਬੇਟੀ ਹੈਗੀ, ਉਹਨਾਂ ਨਾਲ ਵੀ ਥੋੜ੍ਹੀ ਅਸੀਂ ਦਿਖਾਉਂਦੇ ਹਾਂ ਤੁਹਾਨੂੰ ਕਿ ਕਿਸ ਤਰੀਕੇ ਨਾਲ ਜਿਹੜੀ ਉਹਨਾਂ ਦੀ ਹਾਈਟ ਹੈਗੀ ਹੈ ਉਹ ਵਧੀ ਹੈ। ਔਰ ਮਹਿਜ਼ ਹਜੇ 14-15 ਸਾਲ ਦੀ ਇਹ ਬੇਟੀ ਹੈਗੀ ਹੈ, ਥੋੜ੍ਹੀ ਹੁਣੀ ਮੁਲਾਕਾਤ ਅਸੀਂ ਕਰਵਾਉਂਦੇ ਹਾਂ, ਅਤੇ ਦੇਖੋ ਇਹ ਬੇਟੀ ਹੈ ਜੀ। ਹਾਂਜੀ ਇਹ ਮੇਰੇ ਨਾਲ ਖੜ ਕੇ ਦੇਖ, ਆਹ ਦੇਖੋ 14 ਸਾਲ ਦੀ ਹੈ ਫਰੂਕ ਸਾਹਿਬ, ਇਹ ਆਹ ਲਾ ਦਿਓ ਬੇਟਾ, 14 ਸਾਲ ਦੀ ਹੈ ਜੀ ਇਹ, ਮੇਰੀ 5 ਫੁੱਟ 8.5 ਇੰਚ ਹਾਈਟ ਆ, ਮੇਰੇ ਨਾਲ ਬਰਾਬਰ ਆ ਰਹੀ ਹੈ। ਆਹੀ ਨੂੰ ਫਿਰ ਇਹ ਖਾ ਲੈਂਦੇ ਬੇਟਾ ਇਹ? ਹਾਂਜੀ ਰੋਜ਼ ਖਾਣੇ ਆ। ਹਾਂਜੀ ਹਾਂਜੀ ਟੇਸਟੀ ਹੈ ਫਾਰਮੂਲਾ? ਠੀਕ ਆ, ਮਤਲਬ ਠੀਕ ਟੇਸਟ ਆ। ਬੱਚਿਆਂ ਨੂੰ ਤੁਹਾਨੂੰ ਪਤਾ ਟੇਸਟ ਥੋੜ੍ਹਾ ਜਿਹਾ ਲੱਗਦਾ ਹੁੰਦਾ, ਲੇਕਿਨ ਜਦੋਂ ਉਹ ਗੁੜ ਤਾਂ ਹੀ ਨਾਲ ਦਿੱਤਾ ਹੁੰਦਾ, ਗੁੜ ਦੇ ਨਾਲ ਥੋੜ੍ਹਾ ਟੇਸਟ ਆ ਜਾਂਦਾ, ਬੱਚਾ ਖਾਣਾ ਵਧੀਆ ਖਾਣ ਲੱਗ ਜਾਂਦਾ। ਇਹਨੂੰ ਫਿਰ ਉਬਾਲ ਕੇ ਜਿਸ ਤਰੀਕੇ ਨਾਲ ਸਾਡੀਆਂ ਬੱਕਲੀਆਂ ਬਣਦੀਆਂ ਸੀ, ਅਸੀਂ ਉਹਦੀ ਕਣਕ ਦੀਆਂ ਬੱਕਲੀਆਂ ਬਣਾਉਂਦੇ ਹਾਂ, ਉਸ ਤਰੀਕੇ ਨਾਲ ਵੀ ਗੁੜ ਮਿਕਸ ਕੀਤਾ ਜਾ ਸਕਦਾ ਜੀ? ਉਹਦੇ ਨਾਲ ਮੈਂ ਤੁਹਾਨੂੰ ਦੱਸਿਆ ਨਾ ਫਰੂਕੀ ਸਾਹਿਬ, ਜਿਹੜੀ ਇਹ ਨਾ ਕੱਚੀ ਨਹੀਂ ਲੈ ਸਕਦੇ ਅਸੀਂ,
ਇਹ ਕੱਚੀ ਕਹੀ ਉਬਾਲਣ ਤੋਂ, ਉਬਾਲਣ ਤੋਂ ਬਾਅਦ ਅਗਰ ਜੀ ਹਾਂਜੀ ਹਾਂ ਉਹ ਲੈ ਸਕਦੇ ਸੀ, ਮਿਕਸ ਕਰ ਦਈਏ ਸੀ ਤੇ ਵਿੱਚ ਰਲਾ ਲਈਏ ਗੁੜ। ਹਾਂਜੀ ਹਾਂਜੀ ਉਹ ਕਰ ਸਕਦੇ ਹਾਂ ਜੀ, ਖਾ ਸਕਦੇ ਹਾਂ। ਹਾਂਜੀ ਅੱਛਾ ਡਾਕਟਰ ਸਾਹਿਬ, ਜਾਂਦੇ ਜਾਂਦੇ ਤੁਹਾਡੇ ਕੋਲ ਇੱਕ ਹੋਰ ਪੁੱਛਾਂਗੇ। ਤੁਸੀਂ ਦੱਸ ਰਹੇ ਸੀ ਕਿ ਜਿਨ੍ਹਾਂ ਨੂੰ ਇਹ ਨੁਸਖੇ ਫਾਰਮੂਲੇ ਇੱਦਾਂ ਦੇ ਕੰਮ ਨਹੀਂ ਕਰਦੇ, ਫਿਰ ਉੱਥੇ ਜਾ ਕੇ ਜਿਹੜੀ ਤੁਹਾਡੀ ਇਹ ਨੁਸਖੇ ਹੈਗੇ ਨੇ ਇਲੈਕਟ੍ਰੋਹੋਮਿਓਪੈਥੀ ਦੇ ਨੁਸਖੇ ਹੈਗੇ ਨੇ, ਇਹ ਵੀ ਸੇਮ ਕੰਮ ਕਰਦੇ ਨੇ? ਹਾਂਜੀ ਇਹ ਵੀ ਬਿਲਕੁਲ ਸੇਮ ਹੀ ਕੰਮ ਕਰਦੇ ਨੇ, ਹਾਈਟ ਦੇ ਹਿਸਾਬ ਨਾਲ ਵਧਾ ਦਿੰਦੇ ਨੇ। ਇਲੈਕਟ੍ਰੋਪੈਥੀ ਮੈਡੀਸਨ ਆ ਨਾ, ਇਹ ਤਾਂ ਗੱਲ ਹੀ ਨੋਕੀ ਇਹਦੀ, ਇਹ ਤਾਂ ਤੁਹਾਨੂੰ ਦੱਸਿਆ ਅੱਗੇ ਵੀ ਮੈਂ ਦੱਸ ਦਿੰਦਾ, ਹੁਣ ਸਜੀਵ ਨਹੀਂ ਹੈ ਤਾਂ ਇਹ ਤਾਂ ਬਹੁਤ ਹੀ ਵਧੀਆ ਰਿਜ਼ਲਟ ਹੁੰਦੇ ਆ ਇਹਦੇ। ਇਹ ਦੇਖੋ ਇੱਕ ਤਾਂ ਇਹ ਸਾਡੇ ਕੋਲ ਸਾਬਤ ਪਈਆਂ ਨੇ, ਅਸੀਂ ਇਹਨਾਂ ਦੇ ਅਰਕ ਕੱਢਤੇ। ਅਸੀਂ ਦੇਖੋ ਜੀ ਫਲਾਂ ਦੇ ਸਬਜ਼ੀਆਂ ਦੇ ਪੌਦਿਆਂ ਦੇ ਹੀ ਅਰਕ ਕੱਢਦੇ ਹਾਂ, ਅਸੀਂ ਇਹਦੇ ਤੋਂ ਹੀ ਰਿਜ਼ਲਟ ਲੈਂਦੇ ਹਾਂ। ਜਦੋਂ ਅਰਕ ਬਣ ਗਿਆ ਇਹਦਾ ਰਿਜ਼ਲਟ ਚੌਗਣਾ ਹੋ ਗਿਆ, ਮਤਲਬ ਜਿਹਨਾਂ ਕੋਲ ਟਾਈਮ ਨਹੀਂ ਹੈਗਾ ਇਹ ਨੁਸਖੇ ਟੋਟ ਕੇ ਸਵੇਰੇ ਸਵੇਰੇ ਆਪਣੇ ਬੱਚਿਆਂ ਨੂੰ ਦਿੰਦਾ, ਬਹੁਤ ਵਾਰ ਹੁੰਦਾ ਜੀ ਇਸ ਤਰ੍ਹਾਂ, ਜਿਹੜੇ ਕੰਮ ਕਾਰ ਵਾਲੇ ਨੇ ਉਹ ਆਫਿਸ ਜਾ ਕੇ ਬ੍ਰੇਕਫਾਸਟ ਕਰਦੇ ਨੇ ਅਤੇ ਫਿਰ ਉਹਨਾਂ 'ਤੇ ਕੰਮ ਕਰੂਗੀ ਇਹ? ਹਾਂਜੀ ਉਹਨਾਂ 'ਤੇ, ਜਿਵੇਂ ਹੁਣ ਸਾਡੇ ਕੋਲ ਸਮੇਂ ਦੀ ਘਾਟ ਆ, ਤੁਸੀਂ ਸਾਡੇ ਕੋਲ ਬਣੀ ਬਣਾਈ ਮੈਡੀਸਨ ਲੈ ਕੇ ਜਾ ਸਕਦੇ ਹੋ, ਲਿਆ ਕੇ ਬੱਚੇ ਨੂੰ ਡਰੋਪਸ ਦੇਣੇ ਆ ਪਾਣੀ 'ਚ ਪਾ ਕੇ, ਉਹ ਜਿੰਨੀ ਕੁ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਹੁੰਦਾ, ਕਿੰਨੇ ਕਿੰਨੇ ਡਰੋਪਸ ਦੇਣੇ ਹੁੰਦੇ ਆ, ਅਸੀਂ ਉਸ ਹਿਸਾਬ ਨਾਲ ਅਸੀਂ ਡਰੋਪਸ ਦੇਣੇ ਹੁੰਦੇ ਆ, ਉਹ ਮੈਡੀਸਨ ਦੇ ਦੀ ਆ, ਉਹਨਾਂ ਦਾ ਕੱਦ ਵਧਣਾ ਸ਼ੁਰੂ ਹੋ ਜਾਂਦਾ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬੜਾ ਤਗੜਾ ਫਾਰਮੂਲਾ ਦੇਣ ਵਾਸਤੇ। ਮੈਨੂੰ ਲੱਗਦਾ ਕਿ ਜੇ ਤੁਹਾਡੇ ਬੱਚੇ ਜਿੰਨੀ ਹਾਈਟ ਸਾਰਿਆਂ ਦੀ ਹੋ ਜਾਵੇ ਤਾਂ ਮਦਰ ਕਦ ਦੀ ਸਮੱਸਿਆ ਹੀ ਸਾਡੇ ਖੇਤਰ 'ਚੋਂ ਖਤਮ ਹੋ ਜਾਵੇ। ਹਾਂਜੀ ਉਹ ਸਾਨੂੰ ਟੈਨਸ਼ਨ ਰਹਿੰਦੀ ਹੈ, ਜੋ ਵੀ ਕਹੀ ਜਾਂਦੀ ਹੈ ਪਾਪਾ ਮੈਂ ਕਾਫੀ ਕੱਦ ਹੋ ਗਿਆ, ਵੀ ਜ਼ਿਆਦਾ ਲੰਬਾ ਵੀ ਬੱਚਾ ਨਹੀਂ ਹੈ ਨਾ, ਕੁੜੀਆਂ ਸੋਹਣੀਆਂ ਨਹੀਂ ਲੱਗਦੀਆਂ ਹੈਗੀਆਂ, ਰਿਸ਼ਤਾ ਵੀ ਕਰਨਾ ਹੁੰਦਾ ਜੀ, ਫਿਰ ਰਿਸ਼ਤਾ ਵੀ ਇੰਨੇ ਲੰਬੇ ਲੰਬੇ ਮੁੰਡੇ ਵੀ ਨਹੀਂ ਮਿਲਦੇ। ਹਾਂਜੀ 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 ਉਹਦੇ ਕਰਕੇ ਉਹ ਵੀ ਥੋੜ੍ਹੀ ਹੁਣ ਜਨਤਾ 'ਚ, ਉਹਨੂੰ ਕਹੀਦਾ ਕੋਈ ਗੱਲ ਨਹੀਂ ਬੇਟਾ ਰੁਕ ਜਾਣੀ, ਹਜੇ ਉਮਰ ਹੈਗੀ ਆ, ਕੋਈ ਗੱਲ ਨਹੀਂ ਵੱਧ ਲਾ, ਕੋਈ ਗੱਲ ਨਹੀਂ ਥੋੜ੍ਹਾ ਜਿਹਾ ਹੋਰ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ, ਅਤੇ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਜੀ ਤਾਂ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਡਾਕਟਰ ਅਮਨਪ੍ਰੀਤ ਸਿੰਘ ਅਤੇ ਡਾਕਟਰ ਪਰਮਜੀਤ ਕੌਰ ਸਾਹਿਬਾ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਸੋਇਆਬੀਨ ਦੀ ਦਾਲ ਹੈਗੀ ਹੈ, ਕੱਚੀ ਮੂੰਗਫਲੀ ਹੈ, ਕਾਲੇ ਛੋਲੇ ਨੇ ਅਤੇ ਗੁੜ ਦਾ ਸੁਮੇਲ ਅਗਰ ਅਸੀਂ ਕਰ ਲੈਂਦੇ ਹਾਂ ਤਾਂ ਜਿੰਨਾ ਬੱਚੇ ਬੱਚੀਆਂ ਦੇ ਹਾਈਟ ਦੀ ਪ੍ਰੋਬਲਮ ਹੈਗੀ ਹੈ, ਕੈਪਸੂਲ ਟੀਕੇ ਖਾ ਖਾ ਕੇ ਤਰ੍ਹਾਂ ਤਰ੍ਹਾਂ ਦੇ ਟੋਟਕੇ ਨੁਸਖੇ ਖਾ ਖਾ ਕੇ ਜਿਹੜਾ ਉਹਨਾਂ ਦਾ ਅਸੀਂ ਕਹਿ ਲਈਏ ਕਿ ਆਪਣੀ ਸਰੀਰ ਖਰਾਬ ਕਰ ਚੁੱਕੇ ਨੇ ਪਰ ਹਾਈਟ ਨਹੀਂ ਵੱਧਦੀ, ਤਾਂ ਉਹਨਾਂ ਨੂੰ ਮੈਨੂੰ ਲੱਗਦਾ ਕਿ ਇੱਕ ਵਾਰ ਅਪਣਾ ਲੈਣਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਸਾਡੀ ਰਸੋਈ ਦੇ ਵਿੱਚ ਆਮ ਮਿਲ ਜਾਂਦੀਆਂ ਨੇ। ਸੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਵਾਗਿਆ, ਧੰਨਵਾਦ।